पहले दिन मैं शो करके आ गया शामी मैं काफी मेरे ख्याल 12:30 शोज खत्म हुए साडे लास्ट जिहड़ा सीगा उस तो बाद तकरीबन 1:30 मैं घरे पहुंचा सुत्ता सवेरे 8 ਤੇ ਜਿੰਨਾ ਕੋਲ ਮੈਂ ਰੁਕਿਆ ਸੀਗਾ ਉਹਨੇ ਬੰਦੇ ਨੇ ਮੈਨੂੰ ਠਾਇਆ ਸਵੇਰੇ ਹੈ ਨਾ ਤੇ ਉਹਨੇ ਮੈਨੂੰ ਠਾਇਆ ਹੁਣ ਉਹਨੇ ਵੀ ਐਕਸਪੈਕਟ ਨਹੀਂ ਕੀਤਾ ਸੀਗਾ ਕਿ ਇਹ ਬੰਦਾ ਕੀ ਕਰੂਗਾ ਹੈ ਨਾ ਸੋ ਸਵੇਰੇ ਉੱਠ ਕੇ ਵੇਖਿਆ ਮੈਂ ਬੰਬੇ ਟਾਈਮਸ ਦੇ ਫਰੰਟ ਪੇਜ ਤੇ ਮੈਂ ਨਵਾਂ ਮਾਡਲ ਸੀਗਾ ਮੁੰਡਾ ਫਰੰਟ ਪੇਜ ਤੇ ਹਾਫ ਪੇਜ ਦੇ ਵਿੱਚ ਮੇਰੀ ਇਕੱਲੇ ਦੀ ਫੋਟੋ ਲੱਗੀ ਹੋਈ ਸੀ ਬਟ ਇੱਕ ਗੱਲ ਖਾਸ ਹੋਰ ਹੋਈ ਜਦੋਂ ਮੈਂ ਪਹਿਲੇ ਦਿਨ ਰੈਂਪ ਤੇ ਗਿਆ ਮੈਂ ਵਾਕ ਮੇਰਾ ਪਹਿਲਾ ਸ਼ੋਅ ਸੀਗਾ ਪਹਿਲਾ ਜਿਹੜਾ ਮੈਂ ਰੈਂਪ ਤੇ ਗਿਆ ਆਈ ਵਾਸ 100% ਕੰਫੀਡੈਂਟ ਸੋ ਉਹਨਾਂ ਨੇ ਮੈਨੂੰ ਦੱਸਿਆ ਮੇਰੇ ਦਿਮਾਗ 'ਚ ਪਿਆ ਫਿਰ ਮੈਂ ਬਹੁਤ ਸਾਰੇ ਮਾਡਲਸ ਵੇਖੇ ਰਾਹੁਲ ਦੇਵ ਜੀ ਤੋਂ ਮੈਂ ਬਹੁਤ ਇਨਸਪਾਇਰ ਹੋਇਆ ਸੋ ਔਰ ਉਦੋਂ ਉਮਰ ਵੀ ਛੋਟੀ ਸੀ 17-18 ਸਾਲ ਦਾ ਜ਼ਿਆਦਾ ਸੀਗਾ ਮੈਂ ਸੋ ਇੰਨਾ ਮੈਨੂੰ ਕੇਸਾਂ ਦੀ ਵੈਲਿਊ ਜਿਹੜੀ ਆ ਉਹ ਨਹੀਂ ਸੀ ਪਤਾ ਫਿਰ ਉਦੋਂ ਵਾਲ ਕੱਟੇ ਫਿਰ ਘਰੋਂ ਛਿੱਤਰ ਬਥੇਰੇ ਪਏ ਮਾਈ ਡੈਡ ਵਾਜ਼ ਰੀਅਲੀ ਅਪਸੈਟ ਵਿਦ ਮੀ ਫੋਰ ਸੱਚ ਅ ਲੌਂਗ ਟਾਈਮ ਹੀ ਡਿਡ ਨਾਟ ਸਪੀਕ ਟੂ ਮੀ ਫੋਰ ਆਲਮੋਸਟ 2-2.5 ਈਅਰਸ ਹੈਲੋ ਵਿਕਰਮ ਵੈਰੀ ਗੁੱਡ ਬਹੁਤ ਵਧੀਆ ਸ਼ੁਕਰੀਆ ਧੰਨਵਾਦ ਬਹੁਤ ਵਧੀਆ ਚੜ੍ਹਦੀ ਕਲਾ ਜੀ ਸੇਮ ਐਜ਼ ਵਿਦ ਐਵਰੀਵਨ ਪਹਿਲਾਂ ਹਾਂਜੀ ਮੈਂ ਪਿੰਡ ਚ ਸੀਗਾ ਮੈਂ ਕਰਨਾਲ ਜ਼ਿਲ੍ਹੇ ਚ ਮੇਰਾ ਪਿੰਡ ਹੈ ਹਰਿਆਣਾ ਠਰਵਾ ਮਾਜਰਾ ਜੀ ਠਰਵਾ ਮਾਜਰਾ ਯਾ ਦੈਟਸ ਰਾਈਟ ਸੋ ਹਾਂਜੀ ਜਦੋਂ ਨਵਾਂ ਨਵਾਂ ਸ਼ੁਰੂ ਹੋਇਆ ਸੀਗਾ ਮੈਂ ਐਕਚੁਅਲੀ ਆਈ ਵਾਸ ਸ਼ੂਟਿੰਗ ਇਨ ਬਠਿੰਡਾ ਫੋਰ ਅਨਦਰ ਪੰਜਾਬੀ ਫਿਲਮ ਅੱਛਾ ਵੈਨ ਲੋਕਡਾਊਨ ਹੈਪਨਡ ਔਨ 19th ਆਫ ਮਾਰਚ ਨਿਊਜ਼ ਵਿਚ ਵੀ ਇੰਨਾ ਕੁਝ ਮੇਜਰ ਆ ਨਹੀਂ ਰਿਹਾ ਸੀਗਾ ਰਾਈਟ ਸੋ ਜਦੋਂ ਸਾਡੇ ਗੌਰਮੈਂਟ ਵੱਲੋਂ ਡਿਸੀਜਨ ਵੀ ਲਏ ਗਏ ਸੋ ਉਹ ਵੀ ਉਹਨਾਂ ਦਿਨਾਂ ਦੇ ਦੌਰਾਨ ਹੀ ਸੀਗਾ ਮੇਰੇ ਖਿਆਲ ਚ 15-16 ਮਾਰਚ ਤੋਂ ਆ ਕੇ ਥੋੜਾ ਗਰਮ ਹੋਣਾ ਸ਼ੁਰੂ ਹੋਇਆ ਸੀਗਾ ਸੋ ਉਦੋਂ ਆਪਾਂ ਸ਼ੂਟ ਕਰਦੇ ਸੀਗੇ ਉਦੋਂ ਉੱਥੇ ਵੀ ਸਾਨੂੰ ਫੀਲ ਹੋਣਾ ਸ਼ੁਰੂ ਹੋਇਆ ਸੀ ਕਿ ਸ਼ਾਇਦ ਵੀ ਸ਼ੁਡ ਆਲਸੋ ਯੂ ਨੋ ਬੀ ਸੇਫ ਸੋ ਉਸ ਤੋਂ ਬਾਅਦ ਫਿਰ ਜਦੋਂ ਲੋਕਡਾਊਨ ਹੋਇਆ ਫਿਰ ਮੈਂ ਪਿੰਡ ਆ ਗਿਆ ਫਿਰ ਪਹਿਲਾਂ ਤਾਂ ਕਾਫੀ ਦਿਨ ਮਜ਼ਾ ਆ ਰਿਹਾ ਸੀਗਾ ਕਿ ਪਿੰਡ ਆ ਕੇ ਵਧੀਆ ਲੱਗ ਰਿਹਾ ਕਿਉਂਕਿ ਇੰਨਾ ਟਾਈਮ ਮੈਂ ਪਹਿਲਾਂ ਕਦੇ ਨਹੀਂ ਰੁਕਿਆ ਪਿੰਡ ਇਟਸ ਬੀਨ ਰੀਅਲੀ ਲੌਂਗ ਟਾਈਮ ਜਦੋਂ ਦਾ ਮੈਂ ਘਰੋਂ ਨਿਕਲਿਆ ਮੈਂ 12th ਤੱਕ ਹੀ ਪਿੰਡ ਰਿਹਾ ਉਸ ਤੋਂ ਬਾਅਦ ਮੈਂ ਚੰਡੀਗੜ੍ਹ ਯੂਨੀਵਰਸਿਟੀ ਚ ਗ੍ਰੈਜੂਏਸ਼ਨ ਕਰਨ ਲਈ ਚਲਾ ਗਿਆ ਸੀਗਾ ਅੱਛਾ ਸੋ ਲਗਭਗ 15-16 ਸਾਲ ਬਾਅਦ ਮੈਂ ਇੰਨਾ ਟਾਈਮ ਪਿੰਡ ਚ ਸਪੈਂਡ ਕਰ ਰਿਹਾ ਹਨਾ ਪਹਿਲਾਂ ਤਾਂ 20-25 ਦਿਨ ਮਹੀਨਾ ਕੁ ਤਾਂ ਲੱਗੀ ਜਾਂਦਾ ਸੀਗਾ ਕਿ ਠੀਕ ਹੈ ਬਟ ਹੁਣ ਕਿਤੇ ਨਾ ਕਿਤੇ ਆ ਕੇ ਲੱਗਦਾ ਕਿ ਜ਼ਿੰਦਗੀ ਨਾ ਰੁਕ ਜੀ ਗਈ ਆ ਰਾਈਟ ਕਿਉਂਕਿ ਬਹੁਤ ਜ਼ਿਆਦਾ ਜਿਹੜੀਆਂ ਐਕਟੀਵਿਟੀਜ਼ ਆਪਾਂ ਨਾ ਹੁਣ ਮੈਂ ਜੇ ਆਪਣੀ ਗੱਲ ਕਰਾਂ ਮੈਂ ਬਹੁਤ ਕੁਝ ਕਰਨ ਦਾ ਯੂਜ਼ ਟੂ ਐਵਰੀ ਡੇ ਆਈ ਡੂ ਸੋ ਮੈਨੀ ਥਿੰਗਸ ਆਈ ਲਾਈਕ ਯੂ ਨੋ ਹਾਊ ਵੀ ਵਰਕ ਰਾਈਟ ਹਰ ਰੋਜ਼ ਕੋਈ ਨਾ ਕੁਝ ਨਵਾਂ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ ਆਪਾਂ ਸੋ ਆਈ ਹੈਵ ਲੋਟ ਆਫ ਕਲਾਸਿਸ ਗੋਇੰਗ ਔਨ ਮੈਂ ਐਕਟਿੰਗ ਦੀ ਵਰਕਸ਼ਾਪ ਕਰਦਾ ਰਹਿੰਦਾ ਮੈਂ ਮਾਰਸ਼ਲ ਆਰਟਸ ਕਰਦਾ ਮੈਂ ਵਰਕਆਊਟ ਕਰਦਾ ਮੈਂ ਡਾਂਸ ਕਰਦਾ ਸੋ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਯੂਜ਼ ਟੂ ਹੁੰਦੇ ਆ ਸੋ ਹੁਣ ਇੱਕਦਮ ਆ ਕੇ ਤੁਹਾਡੇ ਕੋਲ ਕੁਝ ਵੀ ਨਹੀਂ ਹੈਗਾ ਕਰਨ ਨੂੰ ਰਾਈਟ ਸੋ somehow I have diverted myself I have started doing different things hun main pehla mainu yoga karna bahut difficult lagda si ga right okay so main bahut ghat yoga karda si meri flexibility vagera changi hai kyunki main martial arts karda but kite na kite yoga karna mainu thoda boring lagda si ga okay but hun mere kol option hi hai ni ga so I don't have any weights at my home so kyunki jadon hoya odon us to pehla main leya nahi si fir I thought ki theek hai it will be fine soon right so fir main yoga karan da aadi baneya fir main
I started reading different stuff. Say, फिर मैं उत्थे मेरे को बॉम्बे बहुत सारीयां books पई हैं, मैं वो भी लेके नहीं आया क्योंकि मैं तो shooting करना आया सीगा 10 दिन ले. So मेरा इतना लम्बा plan नहीं सीगा. I read a lot of stuff. I try to read more of Hindi नाटक हैं जिधर अपने. So okay. Yeah, और काफी चीज़ा मैं English नल थोड़ा बहुत मत्था मारदा रहना. English मेरी थोड़ी poor है. क्योंकि एक पता नहीं कुदरती कि ते बढ़िया निकल जान्दी है. नहीं नहीं, no seriously, I mean बहुत rare होता है कि you know साड़ी पंजाबी circles का बहुत ही rare है कि कोई जेड़ा born and brought up बार दा नहीं हैगा ना और ये English में बढ़िया होवे. And I must say that the way you're speaking, you're very fluent. Thank you very much. एक कुदरती है जी ये. I must say it's automatic. मेरे ख्याल पिंड दा होण करके पिंड च मेरा जम्मन पलन होया. सो पिंड च ना सानू शुरू तो एक तां पढ़ाई वजों भी इंग्लिश नाल शुरू तो ही मत्था मारना पैंदा. सानू लगदा भी इंग्लिश पता नहीं किड्डी क वड्डी शै है. फिर जदों मैं 12th पास करके दिल्ली यूनिवर्सिटी गया, उत्थे मैनूं जाके पता लगा कि यार लैंग्वेज जिवें हर बंदा कुछ ना कुछ सीखता रहिंदा जिंदगी दे हर साल विच हर महीने च ना हर दिन. सो उत्थे जाके मैनूं समझ आई कि यार ये आपां एवें पंजाबियां ने पिंड वालियां ने अंग्रेजी नूं हौआ बनाया होया. बेसिक गल जिहड़ी ओह कॉन्फिडेंस दी आ. तुसीं भावें अपनी पंजाबी बोली बोली जाओ फर्क नहीं पैंदा. ਤੁਹਾਨੂੰ ਅੰਗਰੇਜ਼ੀ ਆਉਂਦੀ ਹੈ ਨਹੀਂ ਆਉਂਦੀ, ਤੁਹਾਨੂੰ ਕੋਈ ਵੀ ਭਾਸ਼ਾ ਆਉਂਦੀ ਹੈ ਨਹੀਂ ਆਉਂਦੀ, ਕੱਖ ਨਹੀਂ ਫਰਕ ਪੈਂਦਾ. ਤੁਹਾਨੂੰ ਆਪਣੀ ਬੋਲੀ ਚੰਗੀ ਹੋਣੀ ਚਾਹੀਦੀ ਹੈ ਸਭ ਤੋਂ ਪਹਿਲਾਂ, ਹੈ ਨਾ. ਸੋ ਇਟਸ ਆਲ ਅਬਾਊਟ ਕੰਫੀਡੈਂਸ. ਸੋ ਅਗਰ ਤੁਸੀਂ ਕੰਫੀਡੈਂਟ ਹੋ ਤਾਂ ਸਾਰਾ ਕੁਝ ਵਧੀਆ ਹੁੰਦਾ. ਸੋ ਉੱਥੋਂ ਆ ਕੇ ਕੁਝ ਅੱਖਾਂ ਖੁੱਲੀਆਂ. ਫਿਰ ਚੰਡੀਗੜ੍ਹ 'ਚ ਕਾਫੀ ਫੇਮਸ ਇੰਸਟੀਟਿਊਟ ਹੈ ਗ੍ਰੇ ਮੈਟਰਸ, ਤੁਸੀਂ ਜੇ ਨਾਂ ਸੁਣਿਆ ਹੋਵੇ ਤਾਂ. ਉਹ ਮੇਰੇ ਭੂਆ ਜੀ ਦਾ, ਸੋਨੀਆ ਧਵਨ. ਸੋ ਮੈਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਮੈਂ 2-3 ਮਹੀਨੇ ਉੱਥੇ ਰਿਹਾ ਚੰਡੀਗੜ੍ਹ ਉਹਨਾਂ ਕੋਲ. ਸੋ ਆਈ ਕਾਈਂਡ ਆਫ ਜੁਆਇਨਡ ਦੈਟ, ਹੈ ਨਾ, ਤੇ ਮੈਂ ਉੱਥੇ ਉਹਨਾਂ ਕੋਲ ਕਾਫੀ ਸਿੱਖਿਆ ਮੈਂ. ਹਾਂਜੀ, ਮੈਂ ਕਿਹਾ ਆਈਲਸ ਕਰਨਾ ਸੀ, ਬਾਹਰ ਜਾਣਾ ਸੀ? ਨਹੀਂ, ਬਾਹਰ ਨਹੀਂ ਜਾਣਾ ਸੀਗਾ, ਇੰਗਲਿਸ਼ ਆਪਣੀ ਇੰਗਲਿਸ਼ ਸੁਧਾਰਨ ਲਈ ਕੰਫੀਡੈਂਸ, ਕਿਉਂਕਿ ਸਾਨੂੰ ਬੋਲਣ ਦੀ ਨਾ, ਸਾਨੂੰ ਬੋਲਣ 'ਚ ਬਹੁਤ ਝਿਜਕ ਹੁੰਦੀ ਹੈ. ਸਾਨੂੰ ਲੱਗਦਾ ਆਉਂਦੀ ਹੁੰਦੀ ਹੈ ਬਟ ਸਾਨੂੰ ਲੱਗਦਾ ਅਸੀਂ ਬੋਲ ਨਹੀਂ ਪਾਵਾਂਗੇ. ਸਾਨੂੰ ਨਹੀਂ ਆਉਂਦੀ, ਸਾਡੇ ਤੋਂ ਨਹੀਂ ਹੋਣਾ, ਸਾਡੇ ਤੋਂ ਗੱਲ ਨਹੀਂ ਹੋਣੀ. ਉਹ ਜਿਹੜੀ ਝਿਜਕ ਆਉਂਦੀ ਹੈ, ਸੰਗ ਆਉਂਦੀ ਹੈ ਜਿਹੜੀ, ਉਹ ਹੀ ਨਹੀਂ ਜਾਂਦੀ. ਰਾਈਟ, ਆਮ ਸ਼ੋਰ ਕਿ ਬਹੁਤ ਸਾਰੇ ਲੋਕ ਰਿਲੇਟ ਕਰ ਸਕਦੇ ਨੇ. ਬਹੁਤ ਸਾਰੇ. ਸੋ ਉੱਥੇ ਜਿਹੜੀ ਮੇਰੀ ਸੰਗ ਸੀਗੀ, ਜਿਹੜੀ ਮੇਰੀ ਝਿਜਕ ਸੀਗੀ, ਉੱਥੇ ਕੱਢੀ ਉਹਨਾਂ ਨੇ. ਉਹਨਾਂ 2 ਮਹੀਨੇ ਚੰਗਾ ਘੋਟਾ ਲਾਇਆ ਮੈਨੂੰ. ਉਹਨਾਂ ਜਿਹੜੀ ਮੇਰੀ ਝਿਜਕ ਸੀਗੀ ਉਹਨਾਂ ਨੇ ਕੱਢਤੀ. ਉਹਨਾਂ ਨੇ ਮੈਨੂੰ ਬੇਸਿਕਲੀ, ਐਕਚੁਅਲੀ ਪਹਿਲਾਂ ਮੈਨੂੰ ਥੋੜਾ ਬਹੁਤ ਪਤਾ ਲੱਗਾ ਸੀ, ਪਰ ਉਹਨਾਂ ਨੇ ਮੇਨ ਸਮਝਾਇਆ ਸੀਗਾ ਉੱਥੇ ਕਿ ਇਹ ਕਾਕਾ ਗੱਲ ਜਿਹੜੀ ਹੈ ਇਹ ਆ. ਸੋ ਇਹ ਤੇਰੇ ਬਿਲੀਵ ਦੀ ਗੱਲ ਹੈ, ਤੂੰ ਬਿਲੀਵ ਜਿੰਨਾ ਚਿਰ ਨਹੀਂ ਕਰੇਗਾ ਤੈਨੂੰ ਆਉਂਦੀ ਹੈ ਉਹਨਾਂ ਚਿਰ ਨਹੀਂ ਆਊਗੀ. ਰਾਈਟ, ਸੋ ਤੁਸੀਂ ਹੁਣ ਇੱਥੇ ਬੈਠੇ ਬੈਠੇ ਗ੍ਰੇ ਮੈਟਰ ਦੀ ਐਡ ਕਰਤੀ ਹੈ. ਮੇਰੀ ਜ਼ਿੰਦਗੀ ਦੇ ਵਿੱਚ ਚੀਜ਼ਾਂ ਹੋਈਆਂ ਨੇ, ਸੋ ਮੇਰਾ ਫਰਜ਼ ਹੈ ਯਾਦ ਰੱਖਣਾ, ਹੈ ਨਾ, ਉਹਨਾਂ ਨੂੰ. ਮੈਂ ਦਿੱਲੀ ਤੋਂ ਹੀ ਕਰਤੀ ਸੀ. ਜਦੋਂ ਮੈਂ 2003 ਜਾਂ 2004 ਚ ਮੈਂ ਦਿੱਲੀ ਮੂਵ ਕੀਤਾ ਸੀਗਾ. ਮੈਂ ਦਿੱਲੀ ਐਕਚੁਅਲੀ ਗਿਆ ਹੀ ਇਸੇ ਲਈ ਸੀਗਾ. ਮੈਂ ਪਹਿਲਾਂ ਜਦੋਂ ਮੈਂ 12th ਕਰਦਾ ਸੀਗਾ, 12th ਦੇ ਦੌਰਾਨ ਹੀ ਮੈਨੂੰ ਸ਼ੌਂਕ ਹੋਇਆ. ਉਸ ਤੋਂ ਪਹਿਲਾਂ ਮੈਨੂੰ ਨਹੀਂ ਸੀਗਾ. ਉਦੋਂ ਹੀ ਸ਼ੌਂਕ ਹੋਇਆ ਕਿ ਮੈਂ ਮਾਡਲ ਬਣਨਾ. ਬਾਏ, ਇੱਕਦਮ ਕਿੱਦੋਂ ਸ਼ੌਂਕ ਆ ਗਿਆ ਇਹ? ਮੇਰੇ ਖਿਆਲ ਚ ਮੈਂ 10 ਤੱਕ ਤਾਂ ਮੈਂ ਪਿੰਡ ਹੀ ਪੜ੍ਹਦਾ ਸੀਗਾ. ਸਾਡੇ ਪਿੰਡ ਨਾਲ ਦੇ ਪਿੰਡ ਚ ਛੋਟਾ ਜਿਹਾ ਸਕੂਲ ਸੀਗਾ, ਉੱਥੇ ਪੜ੍ਹਦਾ ਸੀ. ਫਿਰ 11th ਤੇ 12th ਮੈਂ ਕਰਨਾਲ ਚਲਾ ਗਿਆ, ਧੱਕੇ ਤੁੱਕੇ ਨਾਲ, ਘਰਦਿਆਂ ਨਾਲ ਲੜ ਲੁੜ ਕੇ. ਘਰਦੇ ਵਾਲੇ ਕਹਿੰਦੇ ਸੀ ਕਿ ਨਹੀਂ ਤੂੰ ਉੱਥੇ ਜਾ ਕੇ ਵਿਗੜ ਜਾਏਗਾ, ਤੂੰ ਇੱਥੇ ਪੜ੍ਹ ਲੈਣਾ. ਬਟ ਆਈ ਡੋਨਟ ਨੋ, ਸਮਹਾਉ ਮੈਨੂੰ ਲੱਗਦਾ ਹੁੰਦਾ ਕਿ ਸਾਰੀਆਂ ਕੁਦਰਤੀ ਚੀਜ਼ਾਂ ਨੇ. ਕੁਦਰਤ ਨੇ ਲਿਖਿਆ ਸੀਗਾ ਮੈਂ ਉੱਥੇ ਜਾਣਾ ਸੀ, ਉਹ ਮੇਰੇ ਗੱਲ ਦਿਮਾਗ 'ਚ ਆਈ. ਸਾਡੇ ਘਰ 'ਚ ਹੋਰ ਕਿਸੇ 'ਚ ਵੀ ਨਹੀਂ ਆਈ, ਹੈ ਨਾ, ਕਿਸੇ ਨੇ ਕਿ ਪਿੰਡ ਸ਼ਹਿਰ ਜਾ ਕੇ ਪੜ੍ਹਨਾ ਹੈ. ਸਾਰੇ ਮੇਰੇ ਭੈਣ ਭਰਾ ਸਾਰੇ ਇੱਥੇ ਹੀ ਪੜ੍ਹੇ ਨੇ, ਹੈ ਨਾ. ਸੋ ਮੇਰੇ ਮਨ 'ਚ ਆਇਆ, ਮੈਂ ਕਿਹਾ ਨਹੀਂ, ਮੈਂ ਤਾਂ ਉੱਥੇ ਹੀ ਜਾਣਾ. ਮੈਂ ਘਰ ਬਹੁਤ ਧੱਕਾ ਕੀਤਾ, ਫਿਰ ਮੇਰਾ ਐਡਮਿਸ਼ਨ ਹੋਇਆ ਕਰਨਾਲ. ਫਿਰ ਜਦੋਂ ਮੈਂ ਉੱਥੇ ਪੜ੍ਹਨ ਲੱਗ ਗਿਆ, ਮੇਰੇ ਜਿਹੜੇ ਕਲਾਸਮੇਟ ਸੀਗੇ ਉਹਨਾਂ ਨੇ ਮੈਨੂੰ ਦੱਸਣਾ ਸ਼ੁਰੂ ਕੀਤਾ ਕਿ ਕਾਕਾ ਤੂੰ ਤਾਂ ਡਿਫਰੈਂਟ ਚੀਜ਼ ਲਈ ਬਣਿਆ, ਤੂੰ ਕਿੱਥੇ ਪਿੰਡਾਂ 'ਚ ਲਗਾ ਫਿਰਦਾ. ਸੋ ਯੂ ਨੋ ਕਈ ਆਈ ਯੂਜ਼ ਟੂ ਵੇਅਰ, ਮੈਂ ਪਟਕਾ ਬੰਨਦਾ ਹੁੰਦਾ ਸੀਗਾ ਸਕੂਲੇ ਜਾਂਦਾ ਸੀਗਾ. ਸੋ ਪੱਗ ਬੰਨਦਾ ਹੁੰਦਾ ਸੀਗਾ, ਜ਼ਿਆਦਾਤਰ ਪਟਕਾ ਬੰਨਦਾ ਹੁੰਦਾ ਸੀਗਾ, ਦਸਤਾਰ ਜਿਹਨੂੰ ਆਪਾਂ ਛੋਟੀ ਕੇਸ ਕੀ ਕਹਿ ਦਿੰਦੇ ਹਾਂ. ਉਦੋਂ ਮੁੱਛਾਂ ਦਾੜੀਆਂ ਆਈਆਂ ਨਹੀਂ ਸੀ ਹਾਲੇ, ਛੋਟਾ ਜਿਹਾ ਲੰਮਾ ਜਿਹਾ ਹੁੰਦਾ ਸੀਗਾ, ਬਟ ਜਵਾਕ ਜਿਹਾ ਜਿੱਦਾਂ ਹੁੰਦੇ ਆ ਰਾਈਟ ਨਾਰਮਲੀ 11 ਦਾ. ਕਿਉਂਕਿ ਤੁਹਾਡਾ ਫੇਸ ਕੱਟ ਬੜਾ ਕਲੀਅਰ ਹੈਗਾ, ਚਿਜ਼ਲਡ ਜਿਹਾ ਫੇਸ ਕੱਟ ਹੈ. ਸੋ ਪ੍ਰੋਬਬਲੀ ਦੈਟਸ ਵਾਈ ਤੁਸੀਂ ਕਹਿੰਦੇ ਸੀ ਹਾਈਟ ਕਰਕੇ ਕਹਿੰਦੇ ਹੁੰਦੇ ਸੀ. ਹਾਂ, ਉਹੀ ਸਾਰਾ ਕੁਝ ਸੀਗਾ, ਹਾਈਟ ਮੇ ਆਈ ਥਿੰਕ ਹਾਈਟ ਵਾਸ ਦ ਮੇਜਰ ਥਿੰਗ.
ਤੇ ਅਕੋਰਡਿੰਗ ਟੂ ਹਾਈਟ ਜਿਹੜੀ ਪਰਸਨੈਲਿਟੀ ਵੀ ਸ਼ਾਇਦ ਐਜ਼ ਅ ਮਾਡਲ ਜਿਵੇਂ ਮਾਡਲਸ ਦੀ ਹੁੰਦੀ ਆ ਸੋ ਕਿਤੇ ਨਾ ਕਿਤੇ ਉਹ ਜਿਹੜੇ ਸ਼ਹਿਰ ਦੇ ਸੀਗੇ ਬੱਚੇ ਉਹਨਾਂ ਦੀ ਸੋਚ ਵਧੀਆ ਸੀਗੀ ਉਹ ਵਧੀਆ ਸਕੂਲ ਚ ਪੜ੍ਹਨੇ ਪਿਆ ਸੀਗਾ ਹਿਮਾਲਿਆ ਪਬਲਿਕ ਸਕੂਲ ਹੁੰਦਾ ਸੀਗਾ ਹੁਣ ਤਾਂ ਹੈ ਨੀ ਸਕੂਲ ਬੰਦ ਹੋ ਗਿਆ ਸੋ ਉੱਥੇ ਜਿਹੜੀ ਜਿਹੜੇ ਮੇਰੇ ਨਾਲ ਪੜ੍ਹਨ ਵਾਲੇ ਸੀਗੇ ਸਾਰੇ ਮਤਲਬ ਬੜੀ ਚੰਗੀ ਸੋਚ ਦੇ ਮਾਲਕ ਸੀਗੇ ਸਾਰੇ ਆਪਣੇ ਜੋ ਨਾਰਮਲ ਮਾਹੌਲ ਹੁੰਦਾ ਸੋਸਾਇਟੀ ਦਾ ਉਸ ਤੋਂ ਤਾਂ ਸੋਚਦੇ ਹੁੰਦੇ ਸੀ ਹਨਾ ਸੋ ਉਹਨਾਂ ਨੇ ਮੈਨੂੰ ਦੱਸਿਆ ਮੇਰੇ ਦਿਮਾਗ ਚ ਪਿਆ ਫਿਰ ਮੈਂ ਬਹੁਤ ਸਾਰੇ ਮਾਡਲਸ ਵੇਖੇ ਰਾਹੁਲ ਦੇਵ ਜੀ ਤੋਂ ਮੈਂ ਬਹੁਤ ਇੰਸਪਾਇਰ ਹੋਇਆ ਸੋ ਉਹ ਮੇਰੇ ਫੋਰਐਵਰ ਫੇਵਰੇਟ ਬੰਦੇ ਰਹੇ ਨੇ ਜਦੋਂ ਮੈਂ ਮਾਡਲਿੰਗ ਸ਼ੁਰੂ ਕੀਤੀ ਸੋ ਮੇਰੇ ਖਿਆਲ ਚ ਜਦੋਂ ਮੈਂ ਦਿੱਲੀ ਸੀਗਾ ਵੈਨ ਆਈ ਸਟਾਰਟਡ ਵਰਕਿੰਗ ਐਜ਼ ਅ ਮਾਡਲ ਉਦੋਂ ਉਹ ਬੰਬੇ ਸੀਗੇ ਹਾਂਜੀ ਉਹ ਬੰਬੇ ਕਰਦੇ ਸੀਗੇ ਫੈਸ਼ਨ ਫਿਰ ਮੈਂ ਦਿੱਲੀ ਯੂਨੀਵਰਸਿਟੀ ਐਡਮਿਸ਼ਨ ਲੈ ਲਿਆ ਬਿਕੋਜ਼ ਮੈਂ ਮਾਡਲਿੰਗ ਕਰਨੀ ਸੀ ਆਈ ਸਟਾਰਟਡ ਵਰਕਿੰਗ ਦੇਅਰ ਮੈਂ ਦਿੱਲੀ ਸੀਗਾ ਉਹ ਸ਼ਾਇਦ ਬੰਬੇ ਕੰਮ ਕਰਦੇ ਸੀ ਉਦੋਂ ਫਿਰ ਉਸ ਤੋਂ ਬਾਅਦ ਜਦੋਂ ਮੈਂ ਬੰਬੇ ਗਿਆ ਮੈਂ ਫੈਸ਼ਨ ਕਰਨਾ ਸ਼ੁਰੂ ਕੀਤਾ ਤਦ ਤੱਕ ਉਹ ਮਾਡਲਿੰਗ ਛੱਡ ਚੁੱਕੇ ਸੀ ਹੀ ਸਟਾਰਟਡ ਡੂਇੰਗ ਫਿਲਮਸ ਆਈ ਥਿੰਕ ਚੈਂਪੀਅਨ ਫਿਲਮ ਉਹਨਾਂ ਦੀ ਆ ਗਈ ਸੀ ਉਦੋਂ ਸੋ ਹੀ ਲੈਫਟ ਮਾਡਲਿੰਗ ਐਂਡ ਹੀ ਵਾਸ ਮੋਰ ਇਨਟੂ ਐਕਟਿੰਗ ਹੀ ਸਟਾਰਟਡ ਡੂਇੰਗ ਸਾਊਥ ਇੰਡੀਅਨ ਫਿਲਮਸ ਦੈਟਸ ਸਰਪ੍ਰਾਈਜ਼ਿੰਗ ਕਿ ਤੁਸੀਂ ਇੰਨੇ ਸਾਲ ਹੋ ਗਏ ਇੱਕੋ ਇੰਡਸਟਰੀ 'ਚ ਕੰਮ ਕਰ ਰਹੇ ਹੋ ਸਾਰੇ ਦੇ ਸਾਰੇ ਬਟ ਤੁਹਾਡਾ ਆਪਣੇ you know the man that you followed to anu unna dal milan da mauka nahi mileya milan da mauka nahi mileya haan ji so mere bahut sare hunde a thode idols bahut sare lokan nu milna chahunde a tusi main jehde apne senior actors ne ya senior industry de bande ne main dara singh ji to bahut prabhavit siga main jagjeet singh ji to bahut prabhavit siga amrish puri mainu bahut pasand sige unna tinna bandiyan nu main khaas karke milna chahunda si ਬਟ ਮੈਂ ਦਾਰਾ ਸਿੰਘ ਜੀ ਨੂੰ ਹੀ ਮਿਲ ਪਾਇਆ ਦੂਜੇ ਦੋਵੇਂ ਨੂੰ ਨਹੀਂ ਮਿਲ ਪਾਇਆ ਸੋ ਉਹਨਾਂ ਦਾ ਮੈਨੂੰ ਮਨ ਖਾਇਆ ਸੋ ਦਾਰਾ ਸਿੰਘ ਜੀ ਨੂੰ ਮਿਲ ਕੇ ਬਹੁਤ ਸਵਾਦ ਆਇਆ ਉਹ ਬਹੁਤ ਘੈਂਟ ਬੰਦੇ ਨੇ ਹਨਾ ਸੋ ਐਕਚੁਅਲੀ ਹੀ ਹੈਸ ਬੀਨ ਅਨ ਇਨਸਪੀਰੇਸ਼ਨ ਫॉर ਲੋਟ ਆਫ ਪੀਪਲ ਬਟ ਉਹਨਾਂ ਦੀ ਇੱਕ ਖਾਸ ਗੱਲ ਮੈਨੂੰ ਲੱਗੀ ਜਿਵੇਂ ਦੀ ਉਹਨਾਂ ਦੀ ਪਰਸਨੈਲਿਟੀ ਹੈ ਜਿਵੇਂ ਉਹਨਾਂ ਦਾ ਨਾਂ ਹੈ ਦਾਰਾ ਸਿੰਘ ਦਾ ਪਹਿਲਵਾਨ ਦਾ ਗ੍ਰੇਟ ਯੂ ਨੋ ਦਾ ਗ੍ਰੇਟ ਦਾਰਾ ਸਿੰਘ ਰੈਸਲਰ ਜਿੰਨੇ ਉਹਨਾਂ ਨੇ ਵੱਡੇ ਕੰਮ ਕੀਤੇ ਨੇ ਬਟ ਉਹ ਇੰਨੇ ਸੌਫਟ ਸਪੋਕਨ ਬੰਦੇ ਨੇ ਇੰਨੇ ਉਹ ਲੱਗਦਾ ਰੱਬ ਦੀ ਰੂਹ ਹੈ ਐਵੇਂ ਕਿਤੇ ਨਾ ਕਿਤੇ ਲੱਗਦਾ ਹੈ ਕਿ ਉਹ ਉਹਨਾਂ ਦੀ ਜਿਹੜੀ ਸ਼ਖਸੀਅਤ ਹੈ ਜਿਵੇਂ ਗੁਰੂ ਨਾਨਕ ਦੇਵ ਜੀ ਨੂੰ ਆਪਾਂ ਦੇਖਦੇ ਹਾਂ ਕਿ ਉਹਨਾਂ ਦੇ ਵਿੱਚ ਜੋ ਸਹਿਜਤਾ ਜੋ ਉਹਨਾਂ ਦੇ ਵਿੱਚ ਠਹਿਰਾਵ ਹੈ ਉਹ ਕਿਤੇ ਨਾ ਕਿਤੇ ਦਾਰਾ ਸਿੰਘ ਜੀ ਦੇ ਵਿੱਚ ਜਦੋਂ ਮੈਂ ਮਿਲਿਆ ਮੈਨੂੰ ਬੜਾ ਸੇਮ ਫੀਲ ਹੋਇਆ ਉਹ ਯਾ ਬਟ ਉਹ ਲੱਗਿਆ ਕਿ ਯਾਰ ਬੰਦੇ ਹੁਣ ਇੰਨੇ ਵੱਡੇ ਪਹਿਲਵਾਨ ਨੇ ਬਟ ਉਹਨਾਂ ਦਾ ਜਿਹੜਾ ਰਹਿਣਾ ਸਹਿਣਾ ਗੱਲ ਕਰਨਾ ਹਰ ਚੀਜ਼ ਬਹੁਤ ਹੀ ਜ਼ਿਆਦਾ ਵਧੀਆ ਮਤਲਬ I cannot explain in words. That's nice. Good words that you're saying for the man. Achha, Vikram ji, tode bare gal kariye. Te jadon tada pehla project tonu milya si as a model, oh kehda si ga? Okay. I started working as a model. Okay, us to pehla actually jadon mainu pehla kam milya, ਪਹਿਲਾ ਕੰਮ ਜਿਹੜਾ ਮਿਲਿਆ ਉਹ ਸੀਗਾ ਲੈਕਮੇ ਇੰਡੀਆ ਫੈਸ਼ਨ ਵੀਕ ਜੋ ਕਿ ਬੰਬੇ 'ਚ ਹੋਇਆ ਸੀਗਾ ਓਕੇ ਰੈਂਪ ਮਾਡਲਿੰਗ ਕਰਨੀ ਸੀ ਯਾ ਉਹੀ ਮੈਂ ਦੱਸਣ ਲੱਗਿਆ ਸੀਗਾ ਪਹਿਲਾਂ ਮੈਂ ਤੁਹਾਨੂੰ ਦੱਸ ਦਾਂਗੀ ਕਿਹੜਾ ਸੀਗਾ ਪ੍ਰੋਜੈਕਟ ਕੰਮ ਕਿਹੜਾ ਸੀਗਾ ਸੋ ਮੈਂ ਫੈਸ਼ਨ ਮਾਡਲਿੰਗ ਕਰਨਾ ਚਾਹੁੰਦਾ ਸੀਗਾ ਹਾਲਾਂਕਿ ਜਦੋਂ ਮੈਂ ਸ਼ੁਰੂ ਕੀਤਾ ਇੱਥੇ ਕਾਫੀ ਸਾਰੇ ਮੇਰੇ ਦੋਸਤਾਂ ਨੇ ਇਹ ਵੀ ਕਿਹਾ ਕਿ ਤੂੰ ਪੰਜਾਬੀ ਗਾਣੇ ਕਰ ਲਾ ਹੈਨਾ They think that modeling is maybe people who works in Punjabi music videos. But as I said, ki jede mere schoolmates sige, unna ne jo mere dimaag de vich paya si, jo unna mainu samjhaya siga ki teri personality, tere looks jede hai, oh, kuch hor ne. So you have to do something else, hai na? ਸੋ ਉਹ ਚੀਜ਼ ਮੇਰੇ ਬੜੀ ਚੰਗੀ ਤਰ੍ਹਾਂ ਮਨ ਚ ਪੈ ਗਈ ਸੀ ਔਰ ਮੈਂ ਫੈਸ਼ਨ ਹੀ ਕਰਨਾ ਚਾਹੁੰਦਾ ਸੀਗਾ ਮੈਂ ਰੈਂਪ ਸ਼ੋਅਜ਼ ਕਰਨਾ ਚਾਹੁੰਦਾ ਸੀਗਾ ਮੈਂ ਫੈਸ਼ਨ ਤੋਂ ਰਿਲੇਟਡ ਜਿਹੜੇ ਵੀ ਪ੍ਰਿੰਟ ਸ਼ੂਟ ਸੀਗੇ ਜਾਂ ਹੋਰ ਚੀਜ਼ਾਂ ਸੀਗੀਆਂ ਕਮਰਸ਼ੀਅਲ ਐਡ ਸੀਗੇ ਉਹ ਕਰਨਾ ਚਾਹੁੰਦਾ ਸੀ ਸੋ ਉਸ ਲਈ ਮੈਂ ਜਦੋਂ ਕਰਨਾਲ ਸੀਗਾ ਉਦੋਂ ਹੀ ਮੈਂ ਦਿੱਲੀ ਟਰੈਵਲ ਕਰਨਾ ਸ਼ੁਰੂ ਕਰਤਾ ਸੀਗਾ ਹੈਨਾ ਮੈਂ ਜਾ ਕੇ ਡਿਫਰੈਂਟ ਡਿਫਰੈਂਟ ਏਜੰਸੀਜ਼ ਨੂੰ ਮਿਲਦਾ ਸੀਗਾ ਸੋ ਇਹ ਤਾਂ ਚਲੋ ਲੰਮੀਆਂ ਗੱਲਾਂ ਨੇ ਬਹੁਤ ਜਿਹਨੂੰ ਕਹਾਂਗੇ ਆਪਾਂ ਧੱਕੇ ਖਾਦੇ ਹੈਨਾ ਸੋ ਬਹੁਤ ਜਦੋਜਹਿਦ ਤੋਂ ਬਾਅਦ ਸਟਰਗਲ ਮੈਂ ਕਿੰਨਾ ਦੇ ਧੱਕੇ ਖਾਦੇ ਤੁਸੀਂ ਵਾਟ ਕਾਈਂਡ ਆਫ ਧੱਕਾਸ ਵਰ ਦੋਸ ਸੀ ਆਈ ਡੋਨਟ ਨੋ ਇਫ ਯੂ ਰਿਲੇਟ ਟੂ ਦਿਸ ਕਿਉਂਕਿ ਪਿੰਡ ਦੇ ਹੋਣ ਦੇ ਬਾਵਜੂਦ ਨਾ ਹੁਣ ਜੇ ਆਪਾਂ ਅੱਜ ਦੀ ਗੱਲ ਕਰੀਏ ਅੱਜ ਸਾਰਿਆਂ ਦੇ ਹੱਥਾਂ 'ਚ ਫੋਨ ਨੇ
So everybody has the internet, everybody has Google. Tusi kuch bhi puchna, you'll just need to type it on Google and you'll get all the information, hai na? Right. Je tusi modeling de related kuch likhna hai, tusi likhna hai modeling agencies near me, Delhi, Chandigarh, whatever, you'll get a lot of people there, right? Right. But when I started 2003, odon kuch nahi si gaya meda. Odon ta phone bhi nahi si gaya, mobile phone bhi bahut shuru hi hoye si odon, right? ਸੋ ਉਦੋਂ ਤਾਂ ਕੁਝ ਵੀ ਨਹੀਂ ਸੀਗਾ ਸੋ ਉਦੋਂ ਗਰਾਊਂਡ ਲੈਵਲ ਤੇ ਆਪ ਹੀ ਧੱਕੇ ਖਾ ਕੇ ਦਰ ਦਰ ਜਾ ਕੇ ਉਹ ਲੱਭਣੀਆਂ ਸੀਗੀਆਂ ਚੀਜ਼ਾਂ ਜਿੱਥੋਂ ਕਿਸੇ ਇੱਕ ਬੰਦੇ ਤੋਂ ਇੱਕ ਇਨਫੋਰਮੇਸ਼ਨ ਮਿਲਦੀ ਸੀ ਜਾਂ ਕਿਸੇ ਬੰਦੇ ਦਾ ਨੰਬਰ ਮਿਲਦਾ ਸੀਗਾ ਉਹ ਬੜੀ ਵੱਡੀ ਉਪਲਬਧੀ ਹੁੰਦੀ ਸੀ ਕਿ ਫਲਾਣੇ ਬੰਦੇ ਦਾ ਨੰਬਰ ਮਿਲ ਗਿਆ ਹੁਣ ਉਸ ਬੰਦੇ ਨੂੰ ਫੋਨ ਕਰਨਾ ਉਹ ਫੋਨ ਚੱਕੇ ਨਾ ਚੱਕੇ ਉਹਨੂੰ ਜਾ ਕੇ ਮਿਲਣਾ ਆ ਹੈ ਨਾ ਉਹ ਬਹੁਤ ਵੱਡਾ ਟਾਰਗੇਟ ਹੁੰਦਾ ਸੀਗਾ ਹੁਣ ਤਾਂ ਐਵਰੀਥਿੰਗ ਇਜ਼ ਸੋ ਈਜ਼ੀ ਨਾਓ ਰਾਈਟ ਸੋ ਮੈਂ ਜਾਂਦਾ ਹੁੰਦਾ ਸੀਗਾ ਫਿਰ ਜਿਵੇਂ ਜਿਵੇਂ ਮੈਨੂੰ ਪਤਾ ਲੱਗਾ ਉਸ ਟਾਈਮ ਤੇ ਇੱਕ ਪੰਜਾਬੀ ਟੀਵੀ ਸੀਰੀਅਲ ਆਉਂਦਾ ਸੀਗਾ ਉਹ ਮੇਰਾ ਬੜਾ ਫੇਵਰੇਟ ਹੁੰਦਾ ਸੀ ਸਾਡਾ ਸਕੂਲ ਫਿਰ ਮੈਂ ਉਹਨਾਂ ਦੇ ਪ੍ਰੋਡਕਸ਼ਨ ਹਾਊਸ ਨੂੰ ਜਾ ਕੇ ਮਿਲਿਆ ਉਦੋਂ ਬਟ ਉਦੋਂ ਮੇਰਾ ਐਕਟਿੰਗ ਦਾ ਕੁਝ ਇੰਨਾ ਸੀਗਾ ਨਹੀਂ ਸੋ ਉੱਥੇ ਕਿਸੇ ਨੂੰ ਮਿਲਿਆ ਉਹਨਾਂ ਨੇ ਮੈਨੂੰ ਕਿਸੇ ਏਜੰਸੀ ਨੂੰ ਰੈਫਰ ਕੀਤਾ ਫਿਰ ਐਲੀਟ ਨਵੀਂ ਨਵੀਂ ਇੰਡੀਆ ਚ ਆਈ ਸੀਗੀ ਆਈ ਮੈਟ ਐਲੀਟ ਹੈ ਨਾ ਆਈ ਮੈਟ ਰਸ਼ਮੀ ਮਿਰਵਾਨੀ ਸ਼ੀ ਇਜ਼ ਵਨ ਆਫ ਦਾ ਫੇਮਸ ਕੋਰੀਓਗ੍ਰਾਫਰ ਹੈ ਨਾ ਸੋ ਉੱਥੇ ਮਿਲਿਆ ਉਹਨਾਂ ਨੇ ਮੈਨੂੰ ਦੱਸਿਆ ਕਿ ਲਕਮੇ ਫੈਸ਼ਨ ਵੀਕ ਜਿਹੜਾ ਹੁਣ 2013 ਚ ਹੋਣਾ ਆ ਉਹਦੇ ਆਡੀਸ਼ਨ ਹੋ ਰਹੇ ਆ ਵਸੰਤ ਕੁੰਜ ਇੱਕ ਦਾ ਗ੍ਰੈਂਡ ਕਰਕੇ ਹੋਟਲ ਹੁੰਦਾ ਸੀਗਾ ਉਹ ਦਿੱਲੀ ਯਾ ਸੋ ਉਹ ਕੁਝ 10 ਕੁ ਦਿਨ ਬਾਅਦ ਸੀਗੇ ਸੋ ਬਟ ਮੇਰਾ ਦਿੱਲੀ ਕੋਈ ਟਿਕਾਣਾ ਹੈ ਨਹੀਂ ਸੀਗਾ ਮੈਂ 1-2 ਦਿਨਾਂ ਲਈ ਜਾਂਦਾ ਸੀ ਕਦੇ ਮੈਂ ਕੁਝ ਬਾਹਰੀ ਰਿਸ਼ਤੇਦਾਰੀ ਵੀ ਹੈ ਨਹੀਂ ਸੀ ਇੱਕਾ ਦੁੱਕਾ ਰਿਸ਼ਤੇਦਾਰੀ ਸੀ ਫਿਰ ਮੈਂ ਕਈ ਵਾਰੀ ਗੁਰਦੁਆਰਾ ਬੰਗਲਾ ਸਾਹਿਬ ਜਾ ਕੇ ਰੁਕ ਜਾਣਾ ਸੋ ਮਤਲਬ ਯੂ ਨੋ ਹਾਊ ਇਟ ਇਜ਼ ਰਾਈਟ ਸੋ ਫਿਰ ਮੈਂ 15 ਕੁ ਦਿਨ ਬਾਅਦ ਗਿਆ ਉੱਥੇ ਜਾ ਕੇ ਆਡੀਸ਼ਨ ਦਿੱਤਾ ਔਰ ਮੇਰੀ ਪਰਸਨੈਲਿਟੀ ਜਿਹੜੀ ਉਸ ਦਿਨਾਂ ਸੀਗੀ ਪਿੰਡ ਦਾ ਮੁੰਡਾ ਸੀਗਾ ਮੈਨੂੰ ਕੁਛ ਪਤਾ ਨਹੀਂ ਸੀਗਾ ਮੇਰੇ ਕੱਪੜੇ ਪਾਉਣ ਦਾ ਤਰੀਕਾ ਹਰ ਚੀਜ਼ ਬਹੁਤ ਜ਼ਿਆਦਾ ਸਾਦਾ ਸੀਗਾ ਯੂ ਨੋ ਹਾਊ ਮਾਡਲਸ ਆਰ ਦੇ ਆਰ ਲਾਈਕ ਵੈਰੀ ਅਪ ਟੂ ਡੇਟ ਇਨ ਕਾਇੰਡ ਆਫ ਸਪੀਕਿੰਗ ਇਨ ਕਾਇੰਡ ਆਫ ਦੇ ਗਰੂਮਿੰਗ ਵਾਈਜ਼ ਆਪਾਂ ਗੱਲ ਕਰੀਏ ਹੈ ਨਾ ਹਰ ਚੀਜ਼ ਪਰਫੈਕਟ ਹੁੰਦੇ ਆ ਸਾਰੇ ਪਾਸੇ ਹਨਾ ਸੋ ਮੈਂ ਕਿਤੇ ਨਾ ਕਿਤੇ ਪਿੰਡ ਦਾ ਮੁੰਡਾ ਸੀਗਾ ਚਲਾ ਗਿਆ ਸੀ ਐਵੇਂ ਸੋ ਜਾ ਕੇ ਆਡੀਸ਼ਨ ਦਿੱਤਾ ਬਟ ਪਤਾ ਨਹੀਂ ਉਹ ਰੱਬ ਨੇ ਲਿਖਿਆ ਸੀਗਾ ਰੱਬ ਨੇ ਉਹ ਮੇਰੇ ਤੋਂ ਕਰਾਉਣਾ ਸੀਗਾ ਸੋ ਉਸ ਆਡੀਸ਼ਨ ਦੇ ਵਿੱਚ ਮੈਂ ਸਿਲੈਕਟ ਹੋ ਗਿਆ ਔਰ ਮੈਨੂੰ ਪਹਿਲਾ ਸ਼ੋ ਕਰਨ ਦਾ ਮੌਕਾ ਮਿਲਿਆ ਜਿਹੜਾ ਲੈਕਮੇ ਇੰਡੀਆ ਫੈਸ਼ਨ ਵੀਕ ਸੀਗਾ ਉਹਨਾਂ ਟਾਈਮ ਤੇ ਫੈਸ਼ਨ ਵੀਕ ਸਾਲ ਚ ਇੱਕ ਹੁੰਦਾ ਸੀਗਾ ਹੁਣ ਤਾਂ ਸਾਲ ਚ ਪਤਾ ਨਹੀਂ 50-100 ਫੈਸ਼ਨ ਵੀਕ ਹੁੰਦੇ ਹਨਾ ਸੋ ਦੈਟ ਵਾਜ਼ ਅ ਵੈਰੀ ਬਿਗ ਪਲੇਟਫਾਰਮ ਹੈ ਨਾ ਨਵੇਂ ਮੁੰਡੇ ਲਈ ਪਿੰਡ ਚੋਂ ਜਾ ਕੇ ਪਹਿਲਾ ਕੰਮ ਫੈਸ਼ਨ ਵੀਕ ਚ ਵਾਕ ਕਰਨੀ ਮੈਂ ਕੁਝ 7-8 ਸ਼ੋਜ਼ ਕੀਤੇ ਸੀ ਉਹ ਬਹੁਤ ਵੱਡੀ ਗੱਲ ਸੀਗੀ ਔਰ ਇੱਕ ਹੋਰ ਮੈਂ ਕਾਫੀ ਸਾਰਿਆਂ ਲਈ ਕੀਤਾ ਸੀਗਾ ਅਰਜੁਨ ਖੰਨਾ ਸੀਗੇ ਉਹਦੇ ਚ ਰੋਹਿਤ ਬਾਲ ਸੀਗਾ ਰੋਹਿਤ ਗਾਂਧੀ ਸੀਗਾ ਇੱਕ ਫਿਰ ਲਿਬਰਟੀ ਹੈ ਇੱਕ ਲਿਬਰਟੀ ਲਈ ਇੱਕ ਸ਼ੋ ਹੋਇਆ ਸੀ ਉਹਦੇ ਲਈ ਕੀਤਾ ਸੀਗਾ ਫਿਰ ਹੋਰ ਵੀ 2-3 ਡਿਜ਼ਾਈਨਰ ਸੀਗੇ ਉਦੋਂ ਤੇ ਇੱਕ ਹੋਰ ਖਾਸ ਚੀਜ਼ ਹੋਈ ਜਦੋਂ ਜੋ ਕਿ ਹਰ ਚੀਜ਼ ਮੇਰੇ ਚ ਮੈਂ ਬਹੁਤ ਝਿਜਕਦਾ ਸੀਗਾ ਜਿਵੇਂ ਮੈਂ ਕਿਹਾ ਕਿ ਪਿੰਡ ਦਾ ਹੋਣ ਦੇ ਨਾਤੇ 5-star ਤਾਂ ਕਦੇ ਵੇਖਿਆ ਨਹੀਂ ਸੀ ਬੜਾ ਨਾਰਮਲ ਰੈਸਟੋਰੈਂਟ ਨਹੀਂ ਸੀ ਵੇਖਿਆ ਕਦੇ ਹਨਾ 5-star ਦੇ ਵਿੱਚ ਪਹੁੰਚ ਗਏ ਸੋ ਯੂ ਨੋ ਹਾਊ ਇਟ ਫੀਲਸ ਇਟਸ ਰੀਅਲੀ ਡਿਫੀਕਲਟ ਟੂ ਬੀ ਇਨ ਦੈਟ ਜ਼ੋਨ ਇਨ ਦੈਟ ਸੋਸਾਇਟੀ ਯੂ ਨੋ ਵੈਨ ਯੂ ਡੂ ਨਾਟ ਬਿਲੋਂਗ ਟੂ ਦੈਮ ਰਾਈਟ ਸੋ ਉਹ ਵੀ ਲੋਕੀ ਤੁਹਾਡੇ ਵੱਲ ਅਜੀਬ ਤਰੀਕੇ ਨਾਲ ਵੇਖਦੇ ਆ ਬਟ ਇੱਕ ਗੱਲ ਖਾਸ ਹੋਰ ਹੋਈ ਜਦੋਂ ਮੈਂ ਪਹਿਲੇ ਦਿਨ ਰੈਂਪ ਤੇ ਗਿਆ ਮੈਂ ਵਾਕ ਮੇਰਾ ਪਹਿਲਾ ਸ਼ੋ ਸੀਗਾ ਪਹਿਲਾ ਜਿਹੜਾ ਮੈਂ ਰੈਂਪ ਤੇ ਗਿਆ ਆਈ ਵਾਸ 100% ਕੌਨਫੀਡੈਂਟ ਪਤਾ ਨਹੀਂ ਕੁਦਰਤੀ ਸੀਗਾ ਰੈਂਪ ਤੋਂ ਪਹਿਲਾਂ ਜਦੋਂ ਸੀਗਾ ਯਾ ਉਹ ਇਹ ਕੁਦਰਤੀ ਸੀਗਾ ਇਹ ਮੈਂ ਨਹੀਂ ਕਹੂੰਗਾ ਕਿ ਮੈਂ ਆਈ ਵਾਸ ਵੈਰੀ ਕੌਨਫੀਡੈਂਟ ਕਿਉਂਕਿ ਮੈਨੂੰ ਇਹ ਸੀਗਾ ਮੈਂ ਉਹ ਸੀਗਾ ਜਿਵੇਂ ਲੋਕੀ ਕਹਿੰਦੇ ਆ ਇਹ ਕੁਦਰਤੀ ਸੀਗਾ ਉਹ ਮੈਨੂੰ ਵੀ ਨਹੀਂ ਪਤਾ ਕਿਵੇਂ ਹੋਇਆ ਬਟ ਉਹ ਹੋਇਆ ਔਰ ਉਹ ਬਹੁਤ ਘੈਂਟ ਹੋਇਆ ਔਰ ਪਹਿਲਾਂ ਹੀ ਜਿਹੜੀ ਪਹਿਲੀ ਵਾਕ ਸੀਗੀ ਸਾਰਿਆਂ ਨੇ ਬਹੁਤ ਉਹਨੂੰ ਸਰਾਹਿਆ ਔਰ ਉਹਦੀ ਉਸ ਤੋਂ ਸਭ ਤੋਂ ਵੱਡੀ ਗੱਲ ਇੱਕ ਹੋਰ ਹੋਈ ਅਗਲੇ ਦਿਨ ਉੱਥੇ ਬੰਬੇ ਜਾ ਕੇ ਨਾ ਮੇਰੇ ਇੱਕ ਫਰੈਂਡ ਸੀਗਾ ਉਹਨਾਂ ਦੇ ਰਿਲੇਟਿਵ ਰਹਿੰਦੇ ਸੀਗੇ ਉੱਥੇ ਰੁਕਿਆ ਹੋਇਆ ਸੀਗਾ ਮੈਂ ਉਹਨਾਂ ਕੋਲੇ ਸੋ ਪਹਿਲੇ ਦਿਨ ਮੈਂ ਸ਼ੋਅ ਕਰਕੇ ਆ ਗਿਆ ਸ਼ਾਮੀ ਮੈਂ ਕਾਫੀ ਮੇਰੇ ਖਿਆਲ ਚ 12-12:30 ਵਜੇ ਸ਼ੋਅ ਖਤਮ ਹੋਏ ਸਾਡੇ ਲਾਸਟ ਜਿਹੜਾ ਸੀਗਾ ਉਸ ਤੋਂ ਬਾਅਦ ਤਕਰੀਬਨ 1-1:30 ਮੈਂ ਘਰੇ ਪਹੁੰਚਿਆ ਸੁੱਤਾ ਸਵੇਰੇ 8 ਵਜੇ ਤੇ ਜਿਨ੍ਹਾਂ ਕੋਲ ਮੈਂ ਰੁਕਿਆ ਸੀਗਾ ਉਹਨੇ ਬੰਦੇ ਨੇ ਮੈਨੂੰ ਖਾਇਆ ਸਵੇਰੇ ਹਨਾ ਤੇ ਉਹਨੇ ਮੈਨੂੰ ਠਾਇਆ ਹੁਣ ਉਹਨੇ ਵੀ ਐਕਸਪੈਕਟ ਨਹੀਂ ਕੀਤਾ ਸੀਗਾ ਕਿ ਇਹ ਬੰਦਾ ਕੀ ਕਰੂਗਾ ਹਨਾ ਸੋ ਸਵੇਰੇ ਉੱਠ ਕੇ ਵੇਖਿਆ ਮੈਂ ਬੰਬੇ ਟਾਈਮਸ ਦੇ ਫਰੰਟ ਪੇਜ ਤੇ ਮੈਂ ਨਵਾਂ ਮਾਡਲ ਸੀਗਾ ਮੁੰਡਾ ਫਰੰਟ ਪੇਜ ਤੇ
ਹਾਫ ਪੇਜ ਦੇ ਵਿੱਚ ਮੇਰੀ ਕੱਲੇ ਦੀ ਫੋਟੋ ਲੱਗੀ ਹੋਈ ਸੀ। ਵੈਰੀ ਨਾਈਸ, ਵੈਰੀ ਨਾਈਸ। ਸੋ ਇਹ ਛੋਟੀਆਂ ਛੋਟੀਆਂ ਚੀਜ਼ਾਂ ਤਾਂ ਉਹ ਸ਼ੁਰੂਆਤ 'ਚ ਤੁਹਾਡੇ ਨਾਲ ਹੁੰਦੀਆਂ ਨੇ, ਉਹ ਆਪਾਂ ਬਿਆਨ ਨਹੀਂ ਕਰ ਸਕਦੇ। ਇਹ ਜਿਹੜੇ ਮੂਮੈਂਟਸ ਨੇ, ਇਹ ਮੇਰੇ ਖਿਆਲ 'ਚ ਅੱਜ ਹੁਣ ਮੈਂ ਭਾਵੇਂ ਜਿੰਨਾ ਮਰਜ਼ੀ ਵੱਡਾ ਕੰਮ ਕਰ ਲਾਂ, ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਟੱਕਰ ਕੋਈ ਨਹੀਂ ਦੇ ਸਕੂਗਾ, ਹੈ ਨਾ। ਸੋ ਮੈਨੂੰ ਨਹੀਂ ਸੀ ਪਤਾ ਬੰਬੇ ਟਾਈਮਸ ਦੀ ਵੈਲਿਊ ਕੀ ਹੈ। ਉਹ ਜਿਹੜਾ ਬੰਦਾ ਉੱਥੇ ਰਹਿੰਦਾ ਸੀਗਾ ਉਹਨੂੰ ਪਤਾ ਸੀ ਬੰਬੇ ਟਾਈਮਸ ਕੀ ਚੀਜ਼ ਹੈ। ਆਈ ਡਿਡ ਨਾਟ ਨੋ ਦੈਟ ਟਾਈਮ, ਹੈ ਨਾ। ਉਹਨੇ ਮੈਨੂੰ ਜਦੋਂ ਵਿਖਾਇਆ, ਉਹਨੇ ਮੈਨੂੰ ਦੱਸਿਆ ਕਿ ਇਹ ਤਾਂ ਮਤਲਬ ਦਿਸ ਇਜ਼ ਸਮਥਿੰਗ ਰੀਲੀ ਬਿਗ ਯੂ ਆਰ ਡੂਇੰਗ, ਰਾਈਟ। ਸੋ ਡਿਡ ਯੂ ਆਈ ਮੀਨ ਫੀਲ ਦ ਡਿਫਰੈਂਸ ਉਹਦੇ ਬਾਅਦ? ਸਡਨਲੀ ਕੋਈ ਆਫਰਸ ਆਣੇ ਸ਼ੁਰੂ ਹੋਏ, ਸਮਥਿੰਗ ਹੈਪਨਡ? ਡੈਫੀਨੇਟਲੀ, ਉਸ ਤੋਂ ਬਾਅਦ ਬਹੁਤ ਸਾਰੇ ਸ਼ੋਅਜ਼ ਮਿਲੇ। ਫਿਰ ਮੈਂ ਜਿਵੇਂ ਹੀ ਬੰਬੇ ਆ ਗਿਆ, ਬੰਬੇ ਆਉਂਦਿਆਂ ਸਾਰੀ ਬਲੈਂਡਰਸ ਪ੍ਰਾਈਡ ਕਰਕੇ ਫੈਸ਼ਨ ਟੂਰ ਨਵਾਂ ਸ਼ੁਰੂ ਹੋਇਆ ਸੀਗਾ। ਉਦੋਂ ਨਵਾਂ ਹੀ ਐਫ ਬਾਰ ਬਾਰ ਇੰਡੀਆ 'ਚ ਲਾਂਚ ਹੋਏ ਸੀਗੇ, ਦਿੱਲੀ 'ਚ ਸੀਗੇ ਕਾਫੀ, ਬੰਬੇ ਸੀਗੇ, ਹੋਰ ਵੀ ਸਿਟੀਜ਼ ਵਿੱਚ ਸੀਗੇ। ਸੋ ਉਸ ਤੋਂ ਬਾਅਦ ਕਾਫੀ ਸਾਰੇ ਸ਼ੋਅਜ਼ ਕੀਤੇ ਮੈਂ, ਬਹੁਤ ਡਿਜ਼ਾਈਨਰ ਵਾਲੀ ਕੰਟੀਨਿਊ ਸ਼ੋਅਜ਼ ਕਰਦਾ ਰਿਹਾ। ਤਕਰੀਬਨ 3 ਸਾਲ ਮੈਂ ਜਦੋਂ ਜਿੰਨਾ ਚਿਰ ਮੈਂ ਕਾਲਜ ਪੜਿਆ, ਮੈਂ ਉੱਥੇ ਕਾਫੀ ਬਹੁਤ ਕੰਮ ਕੀਤਾ ਐਜ਼ ਅ ਮਾਡਲ ਦਿੱਲੀ 'ਚ, ਐਜ਼ ਅ ਫੈਸ਼ਨ ਮਾਡਲ। ਜੀ ਇਹ ਇਹ ਨਹੀਂ ਨਹੀਂ ਉਹ ਪਹਿਲਾਂ ਹੀ ਹੋ ਗਿਆ ਸੀਗਾ ਜਦੋਂ ਵੈਨ ਆਈ ਜਦੋਂ ਮੈਂ ਜਾਣਾ ਸ਼ੁਰੂ ਕੀਤਾ ਸੀਗਾ ਬੰਬੇ, ਸੋਰੀ ਦਿੱਲੀ, ਜਦੋਂ ਮੈਂ ਜਾਣਾ ਸ਼ੁਰੂ ਕੀਤਾ, ਜਦੋਂ ਮੈਂ 12th 'ਚ ਪੜ੍ਹਦਾ ਸੀਗਾ। ਸੋ ਉੱਥੇ ਜਦੋਂ ਮੈਂ ਏਜੰਸੀ ਨੂੰ ਮਿਲਣਾ ਸ਼ੁਰੂ ਕੀਤਾ, ਤਾਂ ਕਿਉਂਕਿ ਮੇਰੇ ਤੋਂ ਪਹਿਲਾਂ ਕਦੇ ਵੀ ਕੋਈ ਸਿੱਖ ਮਾਡਲ ਨਹੀਂ ਸੀਗਾ। ਅੱਛਾ। ਸੋ ਜੀ, ਸੋ ਸਾਰਿਆਂ ਨੇ ਮੈਨੂੰ ਕਿਹਾ ਕਿ ਯਾਰ, ਉਹਨਾਂ ਨੂੰ ਵੀ ਕਿਤੇ ਨਾ ਕਿਤੇ ਲੱਗਦਾ ਸੀ ਕਿ ਯਾਰ ਇਹ ਪਿੰਡ ਦਾ ਮੁੰਡਾ ਵਿਚਾਰਾ ਏਦਾਂ ਹੀ ਉੱਠ ਕੇ ਆ ਗਿਆ। ਸੋ ਬਟ ਜਿਵੇਂ ਉਹਨਾਂ ਨੂੰ ਲੱਗਿਆ, ਉਹਨਾਂ ਨੇ ਗਾਈਡ ਕੀਤਾ। ਸੋ ਕਿਤੇ ਨਾ ਕਿਤੇ ਮੈਂ ਵੀ ਸਰਚ ਆਪਣੇ ਲੈਵਲ ਤੇ ਰਿਸਰਚ ਕੀਤੀ, ਮੈਨੂੰ ਵੀ ਪਤਾ ਲੱਗਾ ਕਿ ਯਾਰ ਹਾਲੇ ਤੱਕ ਤਾਂ ਕੋਈ ਵੀ ਏਦਾਂ ਹੈ ਨਹੀਂ। ਸੋ ਇਹਨਾਂ ਨੂੰ ਸਮਝਾਉਣਾ ਪਤਾ ਨਹੀਂ ਹੁਣ ਮੇਰੇ ਲਈ ਸ਼ਾਇਦ ਕਿੰਨਾ ਕੁ ਔਖਾ। ਸੋ ਔਰ ਉਦੋਂ ਉਮਰ ਵੀ ਛੋਟੀ ਸੀ, 17-18 ਸਾਲ ਦਾ ਜ਼ਿਆਦਾ ਸੀਗਾ ਮੈਂ। ਸੋ ਇੰਨਾ ਮੈਨੂੰ ਕੇਸਾਂ ਦੀ ਵੈਲਿਊ ਜਿਹੜੀ ਆ ਉਹ ਨਹੀਂ ਸੀ ਪਤਾ। ਫਿਰ ਉਦੋਂ ਵਾਲ ਕੱਟੇ, ਫਿਰ ਘਰੋਂ ਛਿੱਤਰ ਬਥੇਰੇ ਪਏ। ਮਾਈ ਡੈਡ ਵਾਸ ਰੀਅਲੀ ਅਪਸੈਟ ਵਿਦ ਮੀ ਫੋਰ ਸੱਚ ਅ ਲੌਂਗ ਟਾਈਮ। ਹੀ ਡਿਡ ਨਾਟ ਸਪੀਕ ਟੂ ਮੀ ਫੋਰ ਆਲਮੋਸਟ 2-2.5 ਈਅਰਸ, ਐਂਡ ਯੂ ਨੋ ਹਾਊ ਇਟ ਫੀਲਸ, ਰਾਈਟ? ਦੈਨ ਯਾ, ਬਹੁਤ ਕੁਝ ਇਦਾਂ ਹੀ ਚੱਲਦਾ ਰਿਹਾ। ਐਂਡ ਯੂ ਸਟਿਲ ਰਿਪੈਂਟ ਦੈਟ ਡਿਸੀਜਨ? ਸੌਰੀ, ਡੂ ਯੂ ਰਿਪੈਂਟ ਦੈਟ ਡਿਸੀਜਨ? ਤੁਹਾਨੂੰ ਅਫਸੋਸ ਹੁੰਦਾ ਹੈ ਉਸ ਡਿਸੀਜਨ ਦਾ? ਬਹੁਤ ਬਹੁਤ ਜ਼ਿਆਦਾ, ਬਹੁਤ ਜ਼ਿਆਦਾ ਅਫਸੋਸ ਮੈਨੂੰ ਪਹਿਲੀ ਵਾਰੀ ਹੋਇਆ ਜਦੋਂ ਮੈਂ 23-24 ਸਾਲ ਦਾ ਸੀਗਾ। ਕਿਉਂਕਿ ਹਰ ਚੀਜ਼ ਨਾ ਤੁਹਾਨੂੰ ਉਮਰ ਦੇ ਹਿਸਾਬ ਨਾਲ ਮੇਰੇ ਖਿਆਲ ਤੁਹਾਨੂੰ ਬਹੁਤ ਸਾਰੀ ਸਮਝ ਜਿਹੜੀ ਆਉਂਦੀ ਰਹਿੰਦੀ ਹੈ। ਸੋ ਇਹ ਬਹੁਤ ਸਾਰੀਆਂ ਚੀਜ਼ਾਂ ਨੇ ਕਿਸੇ ਦੇ ਸਮਝਾਇਆ ਨਹੀਂ ਆਉਂਦੀਆਂ। ਉਹ ਲੋਕੀ ਕਹਿੰਦੇ ਹੁੰਦੇ ਨਾ, ਜਿੰਨਾ ਚਿਰ ਤੁਹਾਨੂੰ ਠੋਕਰ ਨਾ ਵੱਜੇ ਤੁਸੀਂ ਨਹੀਂ ਸਿੱਖਦੇ। ਸੋ ਮੈਂ 23-24 ਸਾਲ ਦਾ ਸੀਗਾ ਉਦੋਂ ਜਾ ਕੇ ਮੈਨੂੰ ਕਿਤੇ ਨਾ ਕਿਤੇ ਰਿਅਲਾਈਜ਼ ਹੋਇਆ ਕਿ ਜਿਹੜੀ ਸਿੱਖੀ ਮੈਨੂੰ ਪਰਮਾਤਮਾ ਨੇ ਬਖਸ਼ੀ ਸੀਗੀ, ਹੈ ਨਾ, ਜੋ ਮੈਂ ਨਹੀਂ ਰੱਖੀ, ਹੁਣ ਮੈਂ ਵਾਲ ਆਪਣੇ ਕੇਸ ਕਟਾ ਤੇ ਆਏ। ਇਹ ਮੈਂ ਬਹੁਤ ਮੰਨਦਾ, ਮੈਂ ਬਹੁਤ ਧਰਮ ਸਾਰੇ ਵਧੀਆ ਨੇ, ਚੰਗੇ ਨੇ, ਮੈਂ ਹਰ ਬੰਦੇ ਦੀ ਰਿਸਪੈਕਟ ਕਰਦਾ। ਬਟ ਮੈਨੂੰ ਕਿਤੇ ਨਾ ਕਿਤੇ ਲੱਗਦਾ ਕਿ ਯਾਰ ਮੈਂ ਪਤਾ ਨੀ ਕਿੰਨਾ ਕੁ ਭਾਗਾਂ ਵਾਲਾ ਸੀਗਾ ਜਿਹੜਾ ਮੈਨੂੰ ਪਰਮਾਤਮਾ ਨੇ ਮੇਰੇ ਮਾਪੇ ਜਿਹੜੇ ਜੋ ਕਿ ਸਿੱਖ ਨੇ, ਜੋ ਕਿ ਸਿੱਖ ਖਾਨਦਾਨ ਤੋਂ ਬਿਲੋਂਗ ਕਰਦੇ ਨੇ, ਮੈਂ ਉਹਨਾਂ ਦੇ ਘਰੇ ਜੰਮਿਆ, ਹੈ ਨਾ। ਸਾਡਾ ਜੇ ਆਪਾਂ ਇਤਿਹਾਸ ਵੇਖੀਏ, ਸਾਡੀਆਂ ਜੋ ਵੀ ਸਾਡੇ ਵੱਡੇ ਬਜ਼ੁਰਗ ਜੋ ਵੀ ਕਰ ਗਏ ਨੇ, ਸੋ ਕਿਤੇ ਨਾ ਕਿਤੇ ਉਹ ਚੀਜ਼ਾਂ ਨਾ ਬੜਾ ਤੁਹਾਨੂੰ ਪ੍ਰਾਊਡ ਫੀਲ ਕਰਾਉਂਦੀਆਂ ਨੇ। ਸੋ ਮੈਨੂੰ ਲੱਗਦਾ ਕਿ ਮੈਂ ਇਹ ਜਿਹੜੀ ਬਹੁਤ ਵੱਡੀ ਗਲਤੀ ਕੀਤੀ ਹੈ ਕੇਸ ਕਟਾਉਣ ਦੀ। ਬਟ ਉਸ ਤੋਂ ਬਾਅਦ ਫਿਰ ਕੰਮ ਕਰਦੇ ਰਹੇ, ਫਿਰ ਬਹੁਤ ਵਾਰੀ ਮਨ ਚ ਵੀ ਆਉਂਦਾ ਹੈ, ਹੁਣ ਮੈਂ ਪਿੱਛੇ ਹੀ ਸਾਰਾਗੜੀ ਫਿਲਮ ਚ ਫਿਲਮ ਕੰਮ ਚ ਕੰਮ ਕਰਦਾ ਸੀਗਾ। ਮਾਈ ਨੈਕਸਟ ਕੁਐਸਚਨ ਕਿ ਜਦੋਂ ਰਣਦੀਪ ਹੁੱਡਾ ਨੇ ਵਾਲ ਆਪਣੇ ਦੁਬਾਰਾ ਤੋਂ ਕਟਵਾਏ ਸੀ ਆਫਟਰ ਡੂਇੰਗ ਦੈਟ ਰੋਲ, ਤੇ ਉਹਨਾਂ ਦੀ ਵੀ ਇਹੀ ਫੀਲਿੰਗ ਸੀਗੀ, ਕਹਿੰਦੇ ਮੈਂ ਆਈ ਕੁਡ ਨਾਟ ਗੈਟ ਮਾਈ ਹੇਅਰ ਟ੍ਰਿਮਡ ਬਿਕਾਜ਼ ਆਈ ਵਾਸ ਸੋ ਮਚ ਇਨਟੂ ਦੈਟ ਮੋਡ। ਤੇ ਆਈ ਮੀਨ ਆਈ ਥਿੰਕ ਆਈ ਕੈਨ, ਯੂ ਕੈਨ ਟੋਟਲੀ ਰਿਲੇਟ ਟੂ ਦੈਟ ਫੀਲਿੰਗ। ਹੁੱਡਾ ਭਾਜੀ ਵੀ ਤੇ ਮੈਂ ਵੀ ਅਸੀਂ ਦੋ ਜਣੇ ਸੀਗੇ ਬੰਬੇ ਤੋਂ, ਬਾਕੀ ਸਾਰੇ ਐਕਟਰ ਪੰਜਾਬ ਦੇ ਸੀਗੇ। ਸੋ ਮੈਂ ਵੀ ਉਹਦੇ ਲਈ ਦਾੜਾ ਵਧਾਇਆ ਹੋਇਆ ਸੀਗਾ, ਵਾਲ ਰੱਖੇ ਹੋਏ ਸੀਗੇ ਤਕਰੀਬਨ 2-2.5 ਸਾਲ ਤੱਕ। ਤੇ ਉਹ ਪੂਰਾ ਹੀ ਜਿਹੜਾ ਗੈਟਅਪ ਜੋ ਮੈਂ ਚਾਹੁੰਦਾ ਸੀਗਾ, ਜੋ ਮੈਂ ਦੇਖਣਾ ਚਾਹੁੰਦਾ ਸੀਗਾ, ਉਹ ਲੁੱਕ ਮੇਰਾ ਉਦੋਂ ਆ ਗਿਆ ਸੀਗਾ। ਸੋ ਮੈਂ ਹਾਂਜੀ, ਸੋ ਮੈਂ ਥੈਂਕ ਯੂ ਵੈਰੀ ਮਚ। ਸੋ ਮੈਂ 24 ਘੰਟੇ ਉੱਦਾਂ ਹੀ ਰਹਿੰਦਾ ਸੀਗਾ, ਇਹ ਨਹੀਂ ਕਿ ਮੈਂ ਫਿਲਮ ਲਈ ਸਿਰਫ ਪਰਨਾ ਬੰਨ ਲਿਆ, ਪੱਗ ਬੰਨ ਲਈ, ਅੱਗੇ ਪਿੱਛੇ ਮੈਂ ਇੱਦਾਂ ਹੀ ਜੂੜੀ ਕਰਕੇ ਸਟਾਈਲ ਦੇ ਵਿੱਚ ਲਗਾ ਫਿਰਦਾ। ਮੈਂ ਜੇ ਕਿਤੇ ਮੀਟਿੰਗ ਤੇ ਵੀ ਜਾਣਾ ਹੈ, ਮੈਂ ਸਾਫਾਈ ਬੰਨ ਕੇ ਜਾਣਾ ਹੈ, ਪਰਨਾ ਬੰਨ ਕੇ ਜਾਣਾ ਹੈ, ਮੈਂ ਕੋਈ ਵੀ ਕੰਮ ਕਰਨਾ ਹੈ, ਜਿਮ ਜਾਣਾ ਹੈ, ਹੋਰ ਕੋਈ ਵੀ ਐਕਟੀਵਿਟੀ ਕਰਨੀ ਹੈ, ਆਈ ਯੂਸ ਟੂ ਬੀ ਇਨ ਦੈਟ ਮੋਡ ਓਨਲੀ, ਹੈ ਨਾ। ਔਰ ਆਈ ਵਾਜ਼ ਸੋ ਕਲੋਜ਼ ਟੂ ਦੈਟ
that look matlab meri zindagi da ikko hi mere khayal ch hun tak de safar ch mera ehi ikko hi film si gi jehdi main karna chahunda si ਜਿਹੜੀ ਮੈਂ ਨਹੀਂ ਚਾਹੁੰਦਾ ਸੀ ਕਿ ਉਹ ਬੰਦ ਹੋਏ ਉਹ ਰੁਕੇ ਮੈਂ ਫਿਲਮ ਕਰਨਾ ਚਾਹੁੰਦਾ ਸੀ ਪਹਿਲਾ ਪ੍ਰੋਜੈਕਟ ਸੀਗਾ ਜਿਹੜਾ ਮੈਂ ਕਰਨਾ ਚਾਹੁੰਦਾ ਸੀਗਾ ਭਾਵੇਂ ਕੁਝ ਵੀ ਹੋਵੇ ਕਿ ਯਾਰ ਇਹ ਬੜੀ ਗਲਤ ਗੱਲ ਹੈ ਅਸੀਂ ਕਰਦੀ ਹੈ ਫਿਲਮ ਕਰ ਰਹੇ ਹਾਂ ਐਂਡ ਸਡਨਲੀ ਕੇਸਰੀ ਕੇਮ ਐਂਡ ਇਟ ਟੁੱਕ ਅਵੇ ਏਵਰੀਥਿੰਗ ਐਂਡ ਨਾਓ ਵੀ ਵਿਲ ਲਿਵ ਨਥਿੰਗ ਦ ਫਿਲਮ ਸ਼ੈਲ ਕਰ ਦਿੱਤੀ ਬਹੁਤ ਗੁੱਸਾ ਲੱਗਾ ਬਹੁਤ ਬੁਰਾ ਲੱਗਾ ਬਟ ਆਪਾਂ ਕੁਝ ਕਹਿ ਨਹੀਂ ਸਕਦੇ ਉਹ ਉਹਨਾਂ ਦਾ ਡਿਸੀਜਨ ਸੀਗਾ ਬਟ ਮੈਨੂੰ ਮੈਨੂੰ ਐਜ਼ ਐਨ ਐਕਟਰ ਘੱਟ ਇੰਨਾ ਮਾੜਾ ਫੀਲ ਨਹੀਂ ਹੋਇਆ ਮੈਨੂੰ ਐਜ਼ ਅ ਸਿੱਖ ਬਹੁਤ ਫੀਲ ਹੋਇਆ ਕਿਉਂਕਿ ਅਗਰ ਆਪਾਂ ਫਿਲਮ ਦੀ ਗੱਲ ਕਰੀਏ ਫਿਲਮ ਦੀ ਕਹਾਣੀ ਦੀ ਗੱਲ ਕਰੀਏ ਜੋ ਰਾਜ ਸਰ ਨੇ ਕਹਾਣੀ ਲਿਖੀ ਸੀਗੀ ਕੇਸਰੀ ਕਿਤੇ ਉਹਦੇ ਮੈਨੂੰ ਲੱਗਦਾ ਉਹਦੇ ਨੇੜੇ ਤੇੜੇ ਵੀ ਨਹੀਂ ਸੀਗੀ ਉਹਦੇ ਉਹਦੀ 10-5% ਵੀ ਹੈ ਨਹੀਂ ਸੀਗੀ ਇੱਕ ਤਾਂ ਹੁੰਦਾ ਨਾ ਕਿ ਤੁਸੀਂ ਉਸ ਤੋਂ ਵਧੀਆ ਚੀਜ਼ ਬਣਾ ਕੇ ਵਿਖਾਓ ਤੁਹਾਨੂੰ ਫਿਰ ਵੀ ਫੀਲ ਹੁੰਦਾ ਕਿ ਯਾਰ ਯੂ ਸਮਵੇਅਰ ਫੀਲ ਕਿ ਚੱਲ ਠੀਕ ਹੈ ਯਾਰ ਸਾਡੀ ਨਹੀਂ ਬਣੀ ਇਹਨਾਂ ਦੀ ਬਣ ਗਈ ਇਹਨਾਂ ਨੇ ਵਧੀਆ ਬਣਾ ਲਈ ਹੈ ਨਾ ਇਟਸ ਨਾਟ ਅਬਾਊਟ ਦੈਟ ਇਟਸ ਅਬਾਊਟ ਕਿ ਉਹ ਫਿਲਮ ਵੇਖ ਕੇ ਮਜ਼ਾ ਹੀ ਨਹੀਂ ਆਇਆ ਬਿਲਕੁਲ ਉਹ ਫਿਲਮ ਕਿਤੇ ਨਾ ਕਿਤੇ ਮਤਲਬ ਆਈ ਡੋਂਟ ਨੋ ਆਈ ਸ਼ੁਡਨਟ ਬੀ ਸੇਇੰਗ ਦਿਸ ਬਟ ਸਵਾਦ ਨਹੀਂ ਆਇਆ ਗੱਲ ਨਹੀਂ ਬਣੀ ਬੜਾ ਦੁੱਖ ਜਿਹਾ ਲੱਗਾ ਕਿ ਯਾਰ ਜਿਹੜੀ ਅਸੀਂ ਫਿਲਮ ਬਣਾ ਰਹੇ ਸੀਗੇ ਉਹ ਬਹੁਤ ਹੀ ਘੈਂਟ ਸੀਗੀ ਉਹ ਇੰਨੀ ਜ਼ਿਆਦਾ ਰੀਅਲ ਸੀ ਨਾ ਉਹ ਵਰਲਡ ਸਿਨੇਮੇ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ 300 ਜਿਹੜੀ ਫਿਲਮ 300 ਜਰਾਰਡ ਬਟਲਰ ਉਹਨੂੰ ਲੋਕੀ ਹਮੇਸ਼ਾ ਯਾਦ ਕਰਦੇ ਨੇ ਕਿਤੇ ਨਾ ਕਿਤੇ ਜਿਹੜੀ ਬੈਟਲ ਆਫ ਸਾਰਾਗੜੀ ਸੀਗੀ ਕਿਤੇ ਨਾ ਕਿਤੇ ਉਹ ਉਸ ਲੈਵਲ ਦੀ ਫਿਲਮ ਬਣਨੀ ਸੀਗੀ ਹੈ ਨਾ ਕਿਉਂਕਿ ਸਾਰ ਕੀਤਾ ਰਾਜਕੁਮਾਰ ਸੰਤੋਸ਼ੀ ਨਾਲ ਕਿ ਹੁਣ ਤੇ ਡਿਜੀਟਲ ਤੇ ਰਿਲੀਜ਼ ਕਰ ਰਹੇ ਨੇ ਕਾਫੀ ਫਿਲਮਾਂ ਤੇ ਉਹ ਡਿਜੀਟਲ ਤੇ ਰਿਲੀਜ਼ ਕਰਕੇ ਐਟਲੀਸਟ ਲੋਕਾਂ ਨੂੰ ਸਿਨੇਮਾ ਤਾਂ ਦਿਖਾ ਦੋ ਵਾਲਾ See, it's not about releasing that film. Oh, film complete hi nahi hui. Takriban 40% bani si giyo. So, there were some financial things between director and producer. So, oh, vichli galta mainu bahut jyada pata nahi. But, film ne itihas banauna si giya. World cinema de vich, puri dunia de vich, lokaan nu dasna si giya. Jinnan nu sikhaan bari nahi pata, unna nu bhi dasna si giya ki sikh ki cheez. ਕਰ ਗਏ ਨੇ ਉਹ ਕਿਉਂ ਲੋਕੀ ਉਹਨਾਂ ਦਾ ਨਾਂ ਲੈਂਦੇ ਨੇ ਕਿਉਂ ਯੂ ਨੋ ਐਵਰੀਬਾਡੀ ਟਾਕਸ ਅਬਾਊਟ ਸਿੱਖ ਸੋ ਉਹ ਬਹੁਤ ਜ਼ਿਆਦਾ ਘੈਂਟ ਫਿਲਮ ਬਣੀ ਸੀ ਹਾਂਜੀ ਬਹੁਤ ਬਹੁਤ ਸਾਰੇ ਲੋਕਾਂ ਦੇ ਮੈਸੇਜਸ ਆਉਂਦੇ ਨੇ ਫੋਨ ਹਾਲੇ ਵੀ ਆਉਂਦੇ ਨੇ ਸੋ ਲੈਟਸ ਸੀ ਹੋਪ ਕਰਦੇ ਹਾਂ ਕਿ ਕਦੇ ਫਿਰ ਦੁਬਾਰਾ ਕੰਮ ਸ਼ੁਰੂ ਹੋਊਗਾ ਦੇਖਣ ਨੂੰ ਮਿਲੂਗਾ ਜੀ ਵਿਕਰਮ ਤੁਸੀਂ ਬੜੀ ਚੰਗੀ ਕੰਮ ਕੀਤਾ ਐਂਡ ਦੈਨ ਦੇਰ ਇਜ਼ ਅ ਲੋਟ ਆਫ ਮਾਈਥੋਲੋਜੀਕਲ ਕੈਰੈਕਟਰਸ ਦੈਟ ਯੂ ਹੈਵ ਡਨ ਯੂ ਨੋ ਮੈਨੂੰ ਉਵੇਂ ਦੀਆਂ ਫਿਲਮਾਂ ਵੇਖਣੀਆਂ ਪਸੰਦ ਨੇ ਮੈਨੂੰ ਪੀਰੀਓਡਿਕ ਫਿਲਮਾਂ ਵਾਰ ਤੇ ਰਿਲੇਟਡ ਫਿਲਮਾਂ ਹੈ ਨਾ ਫਾਈਟ ਵਾਲੀਆਂ ਜਿਨ੍ਹਾਂ ਚ ਬਹੁਤ ਹੀ ਰੀਅਲ ਤੇ ਰੋ ਐਕਸ਼ਨ ਹੋਵੇ ਮੈਨੂੰ ਉਦਾਂ ਦੀਆਂ ਫਿਲਮਾਂ ਬਹੁਤ ਪਸੰਦ ਨੇ ਸੋ ਮਹਿਮੂਦ ਗਜ਼ਨਵੀ ਜਿਹੜਾ ਰੋਲ ਸੀਗਾ ਉਹ ਕਿਤੇ ਨਾ ਕਿਤੇ ਉਹੀ ਸੀਗਾ ਜੋ ਮੇਰੇ ਦਿਲ ਦੇ ਵਿੱਚ ਕਿਰਦਾਰ ਵਸੇ ਹੁੰਦੇ ਨੇ ਬਟ ਕਈ ਵਾਰੀ ਨਾ ਕੁਛ ਅਜੀਬ ਚੀਜ਼ਾਂ ਹੁੰਦੀਆਂ ਨੇ ਤੁਹਾਡੇ ਨਾਲ ਉਸ ਤੋਂ ਪਹਿਲਾਂ ਮੈਂ ਇੱਕ ਖੇਲੇ ਹਮ ਜੀ ਜਾਨ ਸੇ ਆਸ਼ੂਤੋਸ਼ ਗਵਾਰੀਕਰ ਜੀ ਨਾਲ ਇੱਕ ਫਿਲਮ ਕੀਤੀ ਸੀ ਛੋਟਾ ਜਿਹਾ ਰੋਲ ਸੀਗਾ ਮੈਂ ਉਹ ਕਰ ਚੁੱਕਿਆ ਸੀ ਔਰ ਉਸ ਤੋਂ ਬਾਅਦ ਮੈਂ ਸਾਊਥ ਦੀ ਇੱਕ ਫਿਲਮ ਦੀ ਸ਼ੂਟਿੰਗ ਕਰ ਰਿਹਾ ਸੀਗਾ ਕੈਸੋਨੋਵਾ ਕਰਕੇ ਇੱਕ ਫਿਲਮ ਆਈ ਸੀ ਮੋਹਨ ਲਾਲ ਸੀ ਉਹਦੇ ਵਿੱਚ ਮੇਨ ਐਕਟਰ ਮੈਂ ਉਹਦੇ ਚ ਐਜ਼ ਅ ਮੇਨ ਵਿਲਨ ਸੀਗਾ ਉਹਨਾਂ ਦੀ ਉਸ ਫਿਲਮ ਦੀ ਸ਼ੂਟਿੰਗ ਕਰ ਰਿਹਾ ਸੀਗਾ ਜਦੋਂ ਮੈਨੂੰ ਇਹਨਾਂ ਦਾ ਜੀ ਟੀਵੀ ਵਾਲਿਆਂ ਦਾ ਫੋਨ ਆਇਆ ਕਿ ਇਹ ਏਦਾਂ ਏਦਾਂ ਦਾ ਅਸੀਂ ਸੀਰੀਅਲ ਬਣਾ ਰਹੇ ਹਾਂ ਉਹਦੇ ਚ ਮਹਿਮੂਦ ਗਜ਼ਨਵੀ ਦਾ ਰੋਲ ਹੈ ਔਰ ਮੈਂ ਕੁਛ ਨਹੀਂ ਸੁਣਿਆ ਮੈਂ ਮਨਾ ਕਰਤਾ ਮੈਂ ਕਿਹਾ ਨਹੀਂ ਮੈਂ ਕਰਨਾ ਨਹੀਂ ਮੇਰੇ ਕੋਲ ਟਾਈਮ ਮੈਨੂੰ ਲੱਗਿਆ ਕਿ ਯਾਰ ਵਿਕਰਮ ਭਾਵੇਂ ਮੈਂ ਪਹਿਲਾਂ ਸੀਰੀਅਲ ਦੇ ਵੀ ਆਡੀਸ਼ਨ ਦਿੱਤੇ ਸੀਗੇ ਉਸ ਤੋਂ ਪਹਿਲਾਂ ਬਟ ਫਿਰ ਮੈਨੂੰ ਲੱਗਿਆ ਕਿ ਯਾਰ ਵਿਕਰਮ ਯੂ ਹੈਵ ਸਟਾਰਟਡ ਵਰਕਿੰਗ ਇਨ ਫਿਲਮਸ ਹੈ ਨਾ ਹੁਣ ਫਿਲਮਾਂ 'ਚ ਹੁਣ ਟੀਵੀ ਸੀਰੀਅਲ 'ਚ ਕੰਮ ਕਰਨ ਦੀ ਕੀ ਲੋੜ ਹੈ ਕਿਤੇ ਨਾ ਕਿਤੇ ਫਿਲਮਾਂ ਵੱਡੀਆਂ ਹੀ ਹੁੰਦੀਆਂ ਨੇ ਸੇਇੰਗ ਦੈਟ ਯੂ ਨੋ ਆਈ ਹੈਵ ਫਿਨਿਸ਼ਡ ਵਾਚਿੰਗ ਸੋਬਾ ਸੋਮਨਾਥ ਟੁਡੇ ਐਂਡ ਇਟ ਫੈਲਟ ਸੋ ਕਨੈਕਟਡ ਟੂ ਦ ਨੈਗੇਟਿਵ ਕੈਰੈਕਟਰ ਆਫ ਗਾਂਧੀ ਸੋ ਹੇਅਰਸ ਐਨ ਅਪਰੀਸ਼ੀਏਸ਼ਨ ਫॉर ਗਾਂਧੀ ਥੈਂਕ ਯੂ ਡੀਅਰ ਸੋ ਉਹਨਾਂ ਨੇ ਮੈਨੂੰ ਫੋਨ ਕੀਤਾ ਬਟ ਪਤਾ ਨਹੀਂ ਕਿਵੇਂ ਕਈ ਚੀਜ਼ਾਂ ਤੁਹਾਡੇ ਨਾਲ ਕਿਵੇਂ ਹੁੰਦੀਆਂ ਨੇ ਇੰਨੇ ਸਾਰੇ ਲੋਕੀ ਆਡੀਸ਼ਨਸ ਦਿੰਦੇ ਨੇ ਨਾ ਟੀਵੀ ਸੀਰੀਅਲ ਲਈ ਮੈਨੂੰ ਪਤਾ ਹੈ ਮੈਂ ਉੱਥੇ ਰਹਿਣਾ ਮੈਂ ਜਾਣਦਾ ਕਿ ਲੋਕੀ ਵਿਚਾਰੇ ਦਿਨ ਰਾਤ ਇੱਕ ਕੀਤੀ ਹੋਈ ਹੈ ਬਟ ਲੋਕਾਂ ਨੂੰ ਕੰਮ ਨਹੀਂ ਮਿਲਦਾ ਲੋਕੀ ਛੋਟੇ ਛੋਟੇ ਰੋਲ ਲਈ ਇੰਨਾ ਤਰਸਦੇ ਨੇ ਇੰਨਾ ਕੁਝ ਕਰਦੇ ਨੇ ਕਿ ਕੰਮ ਨਹੀਂ ਮਿਲਦਾ ਬਟ ਉਹਨਾਂ ਨੇ ਪਤਾ ਨਹੀਂ ਕੀ ਵੇਖਿਆ ਮੈਂ ਕਿਸੇ ਨੂੰ ਜਾਣਦਾ ਨਹੀਂ ਸੀਗਾ ਉਹਨਾਂ ਨੇ ਕਿਤੇ ਮੇਰੀ ਇੱਕ ਫੋਟੋ ਵੇਖੀ ਹੋਈ ਸੀਗੀ
ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਔਰ ਉਹਨਾਂ ਨੇ ਉਦੋਂ ਹੀ ਉਹ ਮੈਨੂੰ ਬਾਅਦ ਚ ਉਹਨਾਂ ਨੇ ਦੱਸਿਆ ਕਿ ਫੋਟੋ ਵੇਖ ਕੇ ਕਹਿੰਦੇ ਅਸੀਂ ਮਨ ਬਣਾ ਲਿਆ ਸੀ ਕਿ ਇਹੀ ਮੁੰਡਾ ਲੈਣਾ। ਅੱਛਾ ਓਕੇ। ਦੈਨ ਮੈਂ ਮਨਾ ਕਰਤਾ, ਦੈਨ ਆਫਟਰ ਫਿਊ ਡੇਜ਼ ਦੇ ਕਾਲਡ ਮੀ ਅਗੇਨ। ਸੋ ਫਿਰ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ, ਉਹਨਾਂ ਨੇ ਮੈਨੂੰ ਕਨਵਿੰਸ ਕੀਤਾ ਕਿ ਮੈਨੂੰ ਕਹਿੰਦੇ ਕਿ ਇੱਦਾਂ ਇੱਦਾਂ ਆ, ਬਹੁਤ ਵਧੀਆ ਚੀਜ਼ ਹੈ, ਯੂ ਮਿਸਿੰਗ ਆਊਟ ਸਮਥਿੰਗ ਰੀਅਲੀ ਸਪੈਸ਼ਲ, ਯੂ ਰੀਅਲੀ ਨੀਡ ਟੂ ਐਟਲੀਸਟ ਸਾਡੇ ਨਾਲ ਆ ਕੇ ਮੀਟਿੰਗ ਕਰੋ, ਸਾਡੇ ਤੋਂ ਸੁਣੋ, ਸਾਡਾ ਜੋ ਅਸੀਂ ਬਣਾਇਆ ਸਾਡਾ ਪ੍ਰੋਜੈਕਟ ਵੇਖੋ ਤੁਸੀਂ, ਦੈਨ ਯੂ ਟੇਕ ਯੋਰ ਡਿਸੀਜਨ ਵਟਐਵਰ ਯੂ ਵਾਂਟ ਟੂ। ਫਿਰ ਮੈਂ ਉਸ ਤੋਂ ਬਾਅਦ 15 ਦਿਨ ਮੈਂ ਸੀਗਾ ਦੁਬਈ, ਉਸ ਤੋਂ ਬਾਅਦ ਮੈਂ ਆਇਆ ਤੇ ਮੈਂ ਹੈਰਾਨ ਸੀਗਾ ਕਿ ਮੈਨੂੰ ਕਨਵਿੰਸ ਕਰਨ ਲਈ ਪ੍ਰੋਡਿਊਸਰ ਬੈਠਾ ਸੀਗਾ, ਡਾਇਰੈਕਟਰ ਬੈਠਾ ਸੀਗਾ, ਰਾਈਟਰ ਬੈਠਾ ਸੀ, ਡੀਓਪੀ ਬੈਠਾ ਸੀ। ਬੜੇ ਇਨੀਸ਼ੀਅਲ ਤੁਹਾਡੇ ਜਿਹੜਾ ਬਿਗਨਿੰਗ ਡੇਜ਼ ਹੁੰਦੇ, ਤੁਸੀਂ ਜਦੋਂ ਕੋਈ ਵੀ ਕਰੀਅਰ ਤੁਸੀਂ ਕੰਮ ਨਵਾਂ ਸ਼ੁਰੂ ਕਰਦੇ ਹੋ, ਉਹਨਾਂ ਦਿਨਾਂ 'ਚ ਆ ਕੇ ਤੁਹਾਨੂੰ ਐਵੇਂ ਦੀ ਚੀਜ਼ ਵੇਖਣ ਨੂੰ ਮਿਲੇ ਤਾਂ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਯਾਰ ਇਹ ਕੀ ਹੋ ਰਿਹਾ, ਹਨਾ। ਆਰ ਯੂ ਫੀਲ ਸੋ ਪ੍ਰਾਊਡ ਨਾ ਮੈਨੂੰ ਦੇਖੋ ਕਨਵਿੰਸ ਕਰਨ ਲਈ ਕਿਹਾ। ਸੋ ਉਹਨਾਂ ਨੇ ਮੈਨੂੰ ਫਾਈਨਲੀ ਕਨਵਿੰਸ ਕੀਤਾ, ਫਿਰ ਮੈਂ ਉਹ ਸ਼ੁਰੂ ਕੀਤੀ ਸ਼ੂਟਿੰਗ। ਬਟ ਉਹ ਵਾਕਈ ਮੈਨੂੰ ਉਹ ਕਿਰਦਾਰ ਕਰਕੇ ਬਹੁਤ ਮਜ਼ਾ ਆਇਆ, ਜਿੰਨੇ ਫੋਨ ਜਿੰਨੀ ਐਪਰੀਸ਼ੀਏਸ਼ਨ ਮੈਨੂੰ ਉਹਦੇ ਤੋਂ ਮਿਲੀ ਹੈ। ਔਰ ਸਭ ਤੋਂ ਵੱਡੀ ਗੱਲ, ਉਦੋਂ ਮੈਨੂੰ ਕੱਖ ਆਉਂਦਾ ਵੀ ਨਹੀਂ ਸੀ, ਮੈਨੂੰ ਐਜ਼ ਐਨ ਐਕਟਰ ਕੱਖ ਨਹੀਂ ਪਤਾ ਸੀ। ਉਹ ਕਰ ਕਰਕੇ ਮੈਨੂੰ ਪਤਾ ਲੱਗਾ ਕਿ ਤੁਸੀਂ ਕੰਮ ਕਿਵੇਂ ਕਰਨਾ ਆ, ਤੁਸੀਂ ਕਿਵੇਂ ਪਰਫਾਰਮ ਕਰਨਾ, ਕਿਵੇਂ ਤੁਸੀਂ ਕਿਰਦਾਰ ਦੇ ਵਿੱਚ ਜਾਣਾ ਆ, ਕੀ ਕੀ ਕਰਨਾ, ਹੈਨਾ। ਬਹੁਤ ਕੁਛ ਸਿੱਖਿਆ ਉਦੋਂ ਪਹਿਲਾਂ। ਹਾਂਜੀ, ਉਦੋਂ ਮੈਂ ਉਰਦੂ ਲਈ ਲਈ ਸੀ ਥੋੜੀ ਜੀ, ਬਟ ਉਸ ਤੋਂ ਪਹਿਲਾਂ ਨਾ ਤੁਹਾਨੂੰ ਕਈ ਵਾਰੀ ਕੀ ਹੁੰਦਾ, ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਨਹੀਂ ਹੁੰਦਾ, ਤੁਹਾਨੂੰ ਜਿੰਨੀ ਇੱਕ ਚੀਜ਼ ਦਾ ਪਤਾ ਹੁੰਦਾ ਤੁਸੀਂ ਉਨਾ ਕੁ ਕੰਮ ਕਰਦੇ ਹੋ। ਸੋ ਟਾਈਮ ਦੇ ਹਿਸਾਬ ਨਾਲ ਤੁਸੀਂ ਹੌਲੀ 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 ਬਹੁਤ ਕੁਛ ਸਿੱਖਦੇ ਆ, ਤੁਹਾਨੂੰ ਹੌਲੀ ਹੌਲੀ ਪਤਾ ਲੱਗਦਾ ਸਾਰਾ ਕੁਝ, ਇੱਕਦਮ ਨਹੀਂ ਪਤਾ ਲੱਗਦਾ। ਔਰ ਮੈਨੂੰ ਲੱਗਦਾ ਕਿ ਯਾਰ ਜਿਹੜਾ ਹੌਲੀ ਹੌਲੀ ਪਤਾ ਲੱਗਣਾ ਨਾ, ਇਹੀ ਸਭ ਤੋਂ ਵਧੀਆ ਗੱਲ ਹੈ। ਜਿਹੜਾ ਬੰਦੇ ਨੂੰ ਇੱਕਦਮ ਪਤਾ ਲੱਗ ਜਾਂਦਾ ਨਾ, ਉਹ ਕਿਤੇ ਨਾ ਕਿਤੇ ਗਲਤ ਹੋ ਜਾਂਦਾ, ਦਿਮਾਗ ਖਰਾਬ ਹੋ ਜਾਂਦਾ। ਮੈਂ ਮੇਰੀ ਫਸਟ ਫਿਲਮ ਮਲਿਆਲਮ ਸੀਗੀ, ਸਾਊਥ ਇੰਡੀਅਨ। ਉਸ ਤੋਂ ਬਾਅਦ ਮੈਂ ਤੇਲਗੂ ਫਿਲਮਾਂ ਬਹੁਤ ਸਾਰੀਆਂ ਕੀਤੀਆਂ, ਤਕਰੀਬਨ ਤੇਲਗੂ ਬਹੁਤ ਸਾਰੀਆਂ ਕੀਤੀਆਂ, ਤਕਰੀਬਨ 18-20 ਫਿਲਮਾਂ ਕੀਤੀਆਂ ਮੈਂ। ਹੁਣ ਵੀ ਮੇਰੀਆਂ 2 ਫਿਲਮਾਂ ਤਿਆਰ ਪਈਆਂ ਨੇ, ਬਟ ਉਹ ਲੋਕਡਾਊਨ ਦੀ ਵਜ੍ਹਾ ਨਾਲ ਰਿਲੀਜ਼ ਨਹੀਂ ਹੋ ਪਾ ਰਹੀਆਂ, ਹਨਾ। ਤੇ ਫਿਰ ਮੈਂ ਟੀਵੀ ਸੀਰੀਅਲ 'ਚ ਕੰਮ ਕਰਨਾ ਘੱਟ ਕਰਤਾ, ਗਜ਼ਨਵੀ ਵਾਲੇ ਰੋਲ ਤੋਂ ਬਾਅਦ ਮੈਂ 1-2 ਰੋਲ ਕੀਤੇ ਇੱਕਾ ਦੁੱਕਾ। ਹਾਂਜੀ, ਉਹ ਵੀ, ਬਟ ਉਹ ਵੀ ਕੀਤੇ ਕਿ ਜਿਹੜੇ ਪ੍ਰੋਡਿਊਸਰ ਡਾਇਰੈਕਟਰ ਸੀਗੇ, ਦੋਸਤ ਸੀਗੇ, ਉਹਨਾਂ ਨੇ ਧੱਕੇ ਨਾਲ ਜਿਵੇਂ ਕਹਿ ਲਓ ਕਿ ਕਰਾਏ ਕਿ ਨਹੀਂ ਯਾਰ, ਵੀ ਰੀਅਲੀ ਵਾਂਟ ਯੂ ਟੂ ਡੂ ਇਟ, ਹਨਾ। 6 ਦੇ ਵਿੱਚ ਇੱਕ ਪੰਜਾਬੀ ਸੀਰੀਅਲ ਵੀ ਕੀਤਾ ਸੀਗਾ ਸੌਦੇ ਦਿਲਾਂ ਦੇ ਉਹ ਚੈਨਲ ਪੰਜਾਬ ਹੁੰਦਾ ਸੀਗਾ, ਇੱਕ UK ਚੱਲਦਾ ਸੀ, ਉਹ ਚੱਲਦਾ ਸੀ, ਉਹਦੇ ਤੇ ਆਉਂਦਾ ਸੀਗਾ। ਔਰ ਉਦੋਂ ਮੈਨੂੰ ਕੱਖ ਨਹੀਂ ਪਤਾ ਸੀ, ਕੱਖ ਵੀ, ਲਾਈਕ ਲਿਟਰਲੀ ਆਈ ਨਿਊ ਨਥਿੰਗ। ਮੇਰਾ ਸੈੱਟ ਤੇ ਸਾਰੇ ਮਜ਼ਾਕ ਉਡਾਉਂਦੇ ਹੁੰਦੇ ਸੀ ਕਿ ਯਾਰ ਇਹ ਕਿਹਨੂੰ ਲੈ ਲਿਆ। ਔਰ ਹਾਂਜੀ, ਕਿਹੜਾ ਕੈਰੇਕਟਰ ਸੀਗਾ, ਕੀ ਕੀਤਾ? ਮੇਰਾ ਨਾਮ ਉਹਦੇ ਚ ਡਾਇਰੈਕਟਰ ਸਾਹਿਬ ਨੇ ਵਿਕਰਮ ਹੀ ਰੱਖਿਆ ਸੀ, ਮੈਂ ਮੇਨ ਲੀਡ ਸੀਗਾ, ਮੈਂ ਹੀਰੋ ਸੀਗਾ ਸ਼ੋਅ ਦਾ। ਉਹਦੀ ਸਟੋਰੀ ਬਹੁਤ ਵਧੀਆ ਸੀ, ਉਹਦੀ ਉਹਦੇ ਚ ਮਲਕੀਤ ਰੋਣੀ ਜੀ ਸੀਗੇ, ਮੇਰੇ ਫਾਦਰ ਪਲੇ ਕਰ ਰਹੇ ਸੀਗੇ, ਤੇ ਅਨੀਤਾ ਸਰਦੀਸ਼ ਜੀ ਸੀਗੇ, ਕਰਤਾਰ ਚੀਮਾ ਮੇਰਾ ਬ੍ਰਦਰ ਬਣਿਆ ਸੀਗਾ, ਤੇ ਹੋਰ ਕਾਫੀ ਸਾਰੇ ਜਣੇ ਸੀਗੇ, ਆਪਣਾ ਪੌਲ ਭਾਜੀ ਸੀਗੇ, ਤਰਸੇਮ ਪੌਲ। ਸੋ ਉਹ ਕਾਫੀ ਵਧੀਆ, ਉਹਦੀ ਸਟੋਰੀ ਲਾਈਨ ਬਹੁਤ ਵਧੀਆ ਸੀਗੀ। ਉਹ ਕੁਛ ਏਦਾਂ ਦਾ ਸੀਗਾ, ਜਦੋਂ ਹਿੰਦੁਸਤਾਨ ਤੇ ਪਾਕਿਸਤਾਨ ਦੀ ਵੰਡ ਹੋਈ ਨਾ, 3 ਭੈਣ ਭਰਾ ਹੁੰਦੇ ਨੇ, 1 ਭੈਣ ਤੇ ਭਰਾ ਇੰਡੀਆ ਆ ਜਾਂਦੇ ਨੇ, ਔਰ 1 ਭੈਣ ਉਹਨਾਂ ਦੀ ਪਾਕਿਸਤਾਨ ਰਹਿ ਜਾਂਦੀ ਹੈ। ਸੋ ਉਹਨਾਂ ਦੇ ਅੱਗੋਂ ਬੱਚੇ ਸੀਗੇ, ਉਹਨਾਂ ਦਾ ਕਿਵੇਂ ਸਾਰਾ ਕੁਝ ਚੱਲਦਾ, ਉਹ ਕਿਵੇਂ ਵਾਪਸ, ਕਿੰਨੀ ਦੇਰ ਤੱਕ ਤੁਹਾਡਾ ਇਹ ਸ਼ੋਅ ਚੱਲਿਆ, ਕਿੰਨੇ ਐਪੀਸੋਡਸ ਕੀਤੇ ਤੁਸੀਂ? ਤਕਰੀਬਨ 26 ਕੇ ਐਪੀਸੋਡ ਬਣੇ ਸੀਗੇ ਇਹਦੇ, ਔਰ ਮੇਰੇ ਖਿਆਲ 2 ਮਹੀਨਿਆਂ 'ਚ ਅਸੀਂ ਖਤਮ ਕਰ ਲਿਆ ਸੀ, 1.5-2 ਮਹੀਨਿਆਂ 'ਚ, ਉਹੀ ਉਸੇ ਦੌਰਾਨ ਹੀ ਜਦੋਂ ਮੈਂ ਗ੍ਰੇ ਮੈਟਰ ਜਾਂਦਾ ਹੁੰਦਾ ਸੀ। ਗ੍ਰੇ ਮੈਟਰ ਨੂੰ ਤਾਂ ਮੈਂ ਨਹੀਂ ਭੁੱਲ ਸਕਦਾ, ਗ੍ਰੇ ਮੈਟਰ ਤਾਂ ਕੈਂਡੀ ਆ। ਐਂਡ ਦੈਨ ਯੂ ਸੈਡ ਦੈਟ ਯੂ ਲੈਫਟ ਟੀਵੀ, ਰਾਈਟ? ਬਿਕਾਜ਼ ਹਾਂਜੀ,
ਫਿਰ ਮੈਨੂੰ ਇੱਕ ਹੋਰ ਸ਼ੋਅ ਮਿਲਿਆ ਸੀਗਾ ਮਹਾਦੇਵ, ਜੇ ਤੁਸੀਂ ਵੇਖਿਆ ਹੋਵੇ ਕਦੇ ਲਾਈਵ ਹੋਕੇ ਤੇ ਆਉਂਦਾ ਹੁੰਦਾ ਸੀਗਾ, ਉਹਦੇ ਚ ਬਹੁਤ ਵਧੀਆ ਕਿਰਦਾਰ ਇੱਕ ਮੈਨੂੰ ਮਿਲਿਆ ਸੀਗਾ ਜਿਹਦਾ ਨਾਂ ਸੀਗਾ ਬਾਣਾ ਸੁਰ। ਉਹਦੇ ਜਿਹੜੇ ਪ੍ਰੋਡਿਊਸਰ ਸੀਗੇ ਨikhil Sinha, ਉਹ ਮੇਰੇ ਬਹੁਤ ਕਲੋਜ਼ ਫਰੈਂਡ ਨੇ। ਸੋ ਉਹ ਵੀ ਉਹਨਾਂ ਨੇ ਮੈਨੂੰ ਮੈਨੂੰ ਕਾਫੀ ਦੇਰ ਦੇ ਕਹਿ ਰਹੇ ਸੀਗੇ ਕਿ ਯਾਰ ਕਰਨਾ ਹੈ ਕਰਨਾ ਹੈ ਕਰਨਾ ਹੈ। ਹਰ ਰੋਲ ਆਉਂਦਾ ਸੀਗਾ, ਜਦੋਂ ਵੀ ਰਾਹੁਲ ਦੇਵ ਜੀ ਦਾ ਵੀ ਰੋਲ ਆਇਆ ਸੀ ਉਦੋਂ ਵੀ ਮੈਨੂੰ ਉਹਨਾਂ ਨੇ ਅਪਰੋਚ ਕੀਤਾ ਸੀਗਾ, ਫਿਰ ਮੈਂ ਕੋਈ ਫਿਲਮ ਕਰੀ ਜਾਂਦਾ ਸੀਗਾ ਤੇਲਗੂ ਚ। ਸੋ ਕਾਫੀ ਵਾਰੀ ਮੈਨੂੰ ਉਹਨਾਂ ਨੇ ਕਿਹਾ, ਫਿਰ ਜਦੋਂ ਬਾਣਾ ਸੁਰ ਆਇਆ ਤਾਂ ਫਿਰ ਉਹਨਾਂ ਨੇ ਕਿਹਾ ਵੀ ਇਹ ਤਾਂ ਹੁਣ ਕਰਨਾ ਹੀ ਪੈਣਾ, ਇਹ ਰੋਲ ਹੀ ਤੇਰੇ ਲਈ ਇਹ ਇੱਥੋਂ ਨੀ ਭੱਜਣ ਦਿੰਦੇ ਆਪਾਂ ਹੁਣ। ਸੋ ਉਹ ਰੋਲ ਕੀਤਾ, ਉਹ ਵੀ ਰੋਲ ਕਿਤੇ ਨਾ ਕਿਤੇ ਬਹੁਤ ਵਧੀਆ ਸੀਗਾ, ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਉਹਨੂੰ ਵੀ। ਫਿਰ ਇੱਕ ਦੋ ਹੋਰ ਵੀ ਰੋਲ ਕੀਤੇ, ਬਟ ਕਿਤੇ ਨਾ ਕਿਤੇ ਮੈਨੂੰ ਲੱਗਦਾ ਸੀਗਾ ਟੀਵੀ ਸੀਰੀਅਲ ਦੀ ਲਾਈਫ ਨਾ ਥੋੜੀ ਟਫ ਹੈ। ਟੀਵੀ ਸੀਰੀਅਲ ਤੁਹਾਨੂੰ ਬਹੁਤ, ਕਿਉਂਕਿ ਡੇਲੀ ਆਉਂਦੇ ਨੇ, ਹੁਣ ਆਪਾਂ ਨੂੰ ਵੇਖਣ ਚ ਤਾਂ ਮਜ਼ਾ ਆਉਂਦਾ, ਅੱਧੇ ਘੰਟੇ ਚ ਐਪੀਸੋਡ ਖਤਮ ਹੋ ਜਾਂਦਾ, ਬਟ ਉਹ ਅੱਧਾ ਘੰਟਾ ਡੇਲੀ ਸ਼ੂਟ ਕਰਨ ਲਈ ਕਿੰਨੀ ਜੱਦੋ ਜਹਿਦ ਹੁੰਦੀ ਹੈ, ਕਿੰਨਾ ਸਾਰੀ ਯੂਨਿਟ ਦਾ ਕਿੰਨਾ ਹਾਰਡਵਰਕ ਹੁੰਦਾ, ਐਕਟਰ ਨੂੰ ਕਿੰਨੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ, ਸੌਣ ਦਾ ਵੀ ਟਾਈਮ ਨਹੀਂ ਮਿਲਦਾ, ਵਰਕਆਊਟ ਦਾ ਟਾਈਮ ਨਹੀਂ ਮਿਲਦਾ, ਯੂਨੋ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਮੈਨੇਜ ਕਰਨੀਆਂ ਪੈਂਦੀਆਂ। ਜਦੋਂ ਤੁਸੀਂ ਡੇਲੀ ਸੋਪ ਚ ਕੰਮ ਕਰਦੇ ਆ, ਲਾਈਫ ਬਿਕਮਸ ਰੀਅਲੀ ਡਿਫਿਕਲਟ, ਵੈਰੀ ਵੈਰੀ ਡਿਫਿਕਲਟ। ਮਤਲਬ ਯੂਨੋ ਵਿਕਮ ਦੇਰ ਇਸ ਐਂਗਲ ਜਿੱਦਾਂ ਹੁੰਦਾ ਨਾ, ਇੱਕ ਟਟਟਿੰਗ ਟਟਟਿੰਗ, ਤਿੰਨ ਚਾਰ ਐਂਗਲਸ ਤੋਂ ਹੀ ਐਕਸਪ੍ਰੈਸ਼ਨ ਦਿਖਾਉਂਦਾ। ਉਹ ਆਈ ਥਿੰਕ ਉਹ ਜਿਹੜੇ ਜਿਹੜੇ ਆ ਨਾਰਮਲ ਜੇ ਟੀਵੀ ਸੀਰੀਅਲ ਚੱਲਦੇ ਆ ਸਾਸ ਬਹੁ ਟਾਈਪ, ਉਹਨਾਂ ਚ ਹੁੰਦਾ ਆਈ ਥਿੰਕ। ਸੋ ਆਈ ਹੈਵ ਨਾਟ ਡਨ ਸ਼ੋਜ਼ ਲਾਈਕ ਦੈਟ, ਮੇਰਾ ਨਹੀਂ ਹੋਇਆ, ਲੱਕੀਲੀ ਮੈਂ ਬਚ ਗਿਆ। ਹਾਂਜੀ, ਸੋ ਯਾ ਉਸ ਤੋਂ ਬਾਅਦ ਫਿਰ ਮੈਂ ਟੀਵੀ ਸੀਰੀਅਲ ਵੱਲ ਘੱਟ ਰੁਝਾਨ ਰਿਹਾ, ਕਿਉਂਕਿ ਫਿਲਮਾਂ ਚ ਮੈਂ ਬਿਜ਼ੀ ਸੀਗਾ, ਬੈਕ ਟੂ ਬੈਕ ਕਰੀ ਜਾਂਦਾ ਸੀਗਾ, ਹਰ ਵਾਰੀ ਦੋ ਜਾਂ ਤਿੰਨ ਫਿਲਮਾਂ ਫਲੋਰ ਚ ਹੁੰਦੀਆਂ ਸੀਗੀਆਂ। ਹਾਂਜੀ, ਸਾਊਥ ਫਿਲਮ ਓਨਲੀ। ਸੋ ਫਿਰ ਉਸ ਤੋਂ ਬਾਅਦ ਮੈਂ ਆਈ ਵਾਂਟਡ ਟੂ ਗੈਟ ਇਨ ਟੂ ਹਿੰਦੀ ਫਿਲਮ, ਬਟ ਕੋਈ ਵਧੀਆ ਰੋਲ ਨਹੀਂ ਮਿਲ ਰਿਹਾ ਸੀਗਾ ਕੋਈ। ਹੁਣ ਬਹੁਤ ਲੋਕਾਂ ਨੂੰ ਲੱਗਦਾ ਕਿ ਯਾਰ ਹਾਈਟ ਚੰਗੀ ਹੈ, ਫਿਜ਼ੀਕ ਚੰਗੀ ਹੈ, ਤਾਂ ਇੱਕ ਵਿਲਨ ਦੇ ਨਾਲ ਇੱਕ ਫਾਈਟ ਕਰਨ ਵਾਲਾ ਬੰਦਾ ਨਹੀਂ ਹੁੰਦਾ, ਉਹਨਾਂ ਨੂੰ ਲੱਗਦਾ ਇਹ ਰੋਲ ਦੇ ਦਿਓ, ਇਹ ਬੰਦਾ ਕਿਤੇ ਨਾ ਕਿਤੇ ਲੜੀ ਜਾਊਗਾ, ਹੈ ਨਾ। ਸੋ ਬਟ ਮੈਨੂੰ ਹੁੰਦਾ ਸੀਗਾ ਕਿ ਨਹੀਂ ਯਾਰ ਕੁਝ ਢੰਗ ਦਾ ਹੋਏਗਾ ਕੁਝ, ਲੜਨਾ ਤਾਂ ਚਲੋ ਹੈ ਹੀ ਹੈ, ਕੰਮ ਹੀ ਸਾਡੇ ਲੜਨ ਵਾਲੇ ਨੇ, ਬਟ ਉਸ ਤੋਂ ਲੜਨ ਤੋਂ ਪਹਿਲਾਂ ਕੁਝ ਕਰਕੇ ਵਿਖਾਉਣ ਲਈ ਵੀ ਤਾਂ ਹੋਵੇ, ਕੋਈ ਗੱਲ ਤਾਂ ਕਰੇ ਕਿ ਹਾਂ ਯਾਰ ਇਸ ਬੰਦੇ ਨੇ ਕੁਝ ਤਾਂ ਕੀਤਾ, ਇਹ ਨਹੀਂ ਕਿ ਆਇਆ ਤੇ ਲੜ ਕੇ ਚਲਾ ਗਿਆ, ਹੈ ਨਾ। ਹੁਣ ਇੱਥੇ ਮੈਂ ਨਾ ਤੁਹਾਨੂੰ ਇਹ ਪੁੱਛਣਾ ਚਾਹੂੰਗੀ ਕਿ ਤੁਸੀਂ ਕਰਤਾਰ ਸੀਮਾ ਦਾ ਜ਼ਿਕਰ ਕੀਤਾ ਸੀਗਾ ਹੁਣੇ, ਤੇ ਕਰਤਾਰ ਸੀਮਾ ਨਾਲ ਮੈਂ ਤੁਹਾਡੀਆਂ ਫੋਟੋਜ਼ ਵੀ ਦੇਖੀਆਂ ਜਿੱਥੇ ਤੁਸੀਂ ਵਰਕਆਊਟ ਕਰਦੇ ਹੋ ਟੁਗੇਦਰ। ਸੋ ਵਾਂਸ ਵੀ ਹੈਡ ਐਨ ਇੰਟਰਵਿਊ ਵਿਦ ਕਰਤਾਰ ਐਂਡ ਹੀ ਸੈਡ ਕਿ ਮੈਂ ਨਾ ਇੰਨਾ ਸਰੀਰ ਬਣਾਇਆ ਇਸ ਲਈ ਨਹੀਂ ਹੈਗਾ ਕਿ ਮੈਨੂੰ ਕੋਈ ਵੀ ਹੀਰੋ ਆ ਕੇ ਮਾਰ ਮੂਰ ਕੇ ਚਲਾ ਜਾਏ ਤੇ ਮੈਂ ਬਸ ਖੇਲ ਲਵਾਂ, ਯੂ ਨੋ। ਸੋ ਉਹ ਨੈਗੇਟਿਵ ਜਿੱਦਾਂ ਕੈਰੈਕਟਰ ਹੈਗੇ ਨੇ, ਰਾਈਟ ਰਾਈਟ, ਤੁਸੀਂ ਨੈਗੇਟਿਵ ਰੋਲਸ ਸ਼ੁਰੂ ਕੀਤੇ ਸੀ, ਯੂ ਆਲਸੋ ਵਰਕ ਅ ਲੋਟ ਔਨ ਯੋਰ ਬੋਡੀ, ਤੇ ਮੈਨੂੰ ਨਹੀਂ ਇਹ ਫੀਲਿੰਗ ਆਉਂਦੀ ਕਿ ਯਾਰ ਟਿੱਡੂ ਜਿਹਾ ਤਾਂ ਹੈਗਾ ਇਹ, ਮੈਨੂੰ ਕਿੱਦਾਂ ਮੁੱਕਾ ਮਾਰ ਦੂਗਾ। ਬਹੁਤ ਆਉਂਦਾ ਜੀ ਇਦਾਂ ਦੀ ਸਿਚੁਏਸ਼ਨ ਬਹੁਤ ਵਾਰੀ ਖੜੀ ਹੁੰਦੀ ਹੈ, ਬਟ ਕੀ ਹੁੰਦਾ ਹੈ ਕਿ ਮੇਰਾ ਹੁਣ ਬੈਕਗ੍ਰਾਉਂਡ ਜਿਹੜਾ ਫਿਲਮੀ ਨੀਗਾ, ਮੈਂ ਲਾਈਫ ਦੇ ਵਿੱਚ ਬਹੁਤ ਮਿਹਨਤ ਕੀਤੀ ਹੈ, ਮੈਂ ਛੋਟਾ ਛੋਟਾ ਕੰਮ ਕਰਕੇ, ਮੇਰਾ ਇਨੀਸ਼ੀਅਲੀ ਡੇਜ਼ ਜਦੋਂ ਮੈਂ ਬੰਬੇ ਗਿਆ ਸੀ ਮੇਰਾ ਖਰਚਾ ਕਿਵੇਂ ਚੱਲਦਾ ਸੀਗਾ, ਮੈਂ ਐਵੇਂ ਦੇ ਦਿਨ ਵੇਖਣੇ ਕਿ ਮੈਂ ਪਾਰਲੇ ਜੀ ਦਾ ਬਿਸਕੁਟ ਪਾਣੀ 'ਚ ਡੁਬੋ ਕੇ ਖਾ ਕੇ ਸੌਂਦਾ ਹੁੰਦਾ ਸੀ, ਹੈ ਨਾ। ਸੋ ਐਵੇਂ ਦੇ ਦਿਨ ਵੇਖਣੇ, ਜਦੋਂ ਤੁਸੀਂ ਇਸ ਲੈਵਲ ਤੇ ਪਹੁੰਚ ਜਾਂਦੇ ਹੋ ਮੇਰੇ ਖਿਆਲ 'ਚ, ਤੁਸੀਂ ਬਹੁਤ ਚੀਜ਼ਾਂ ਜਿਹੜੀਆਂ ਫਿਰ ਕਿਤੇ ਨਾ ਕਿਤੇ ਇਗਨੋਰ ਕਰਦੇ ਹੋ, ਤੁਸੀਂ ਐਡਜਸਟ ਕਰਦੇ ਹੋ, ਕਿਉਂਕਿ ਮੈਂ ਮੇਰਾ ਬੈਕਗ੍ਰਾਉਂਡ ਜਿਹੜਾ ਮੈਂ ਉਹ ਫਿਲਮਾਂ ਤੋਂ ਨਹੀਂ ਹੈਗਾ, ਹੈ ਨਾ। ਮੈਂ ਬਹੁਤ ਲੰਮਾ ਟਾਈਮ ਵੇਟ ਨਹੀਂ ਕਰ ਸਕਦਾ। ਹੁਣ ਜੇ ਪੰਜਾਬੀ ਫਿਲਮਾਂ ਦੀ ਆਪਾਂ ਗੱਲ ਕਰੀਏ, ਮੈਂ ਅੱਜ ਨਹੀਂ, ਮੈਨੂੰ ਤਕਰੀਬਨ 6-7 ਸਾਲਾਂ ਤੋਂ ਗੱਲਾਂ ਹੋ ਰਹੀਆਂ ਪੰਜਾਬੀ ਫਿਲਮਾਂ 'ਚ ਆਉਣ ਦੀਆਂ, ਬਟ ਮੈਂ ਨਹੀਂ ਆ ਰਿਹਾ ਸੀ, ਨਹੀਂ ਆ ਰਿਹਾ ਸੀ, ਨਹੀਂ ਆ ਰਿਹਾ ਸੀ, ਕਿਉਂਕਿ ਰੋਲ ਹੀ ਉਵੇਂ ਦਾ ਨਹੀਂ ਮਿਲ ਰਿਹਾ ਸੀ, ਕੁਝ ਚੰਗਾ ਨਹੀਂ ਮਿਲ ਰਿਹਾ ਸੀਗਾ। ਜੇ ਹੁਣ ਤੁਸੀਂ ਬਟ ਤੁਹਾਡੇ ਤਰ੍ਹਾਂ ਦੇ ਇਨਸਾਨ ਦੀ, ਆਈ ਮੀਨ ਤੁਹਾਡੇ ਤਰ੍ਹਾਂ ਦੇ ਐਕਟਰ ਦੀ ਤਾਂ ਪੰਜਾਬੀ ਸਿਨੇਮਾ ਨੂੰ ਬੜੀ ਲੋੜ ਹੈ, ਤੁਹਾਨੂੰ ਕਿੱਦਾਂ ਵਧੀਆ ਰੋਲ ਨਹੀਂ ਮਿਲ ਰਹੇ ਸੀਗੇ? ਪਤਾ ਨੀ, ਹੁਣ ਮੈਂ ਤੁਹਾਨੂੰ ਇਦਾਂ ਲਾਈਵ ਤੇ ਦੱਸ ਨਹੀਂ ਸਕਦਾ ਮੈਂ ਕਿਵੇਂ ਮਿਲਦੇ ਸੀ। ਮੈਨੂੰ ਕਈ ਵਾਰੀ ਮਤਲਬ ਸਕ੍ਰਿਪਟ ਪੜ੍ਹ ਕੇ, ਮੈਨੂੰ ਸਕ੍ਰਿਪਟ ਦਿੰਦੇ ਸੀਗੇ, ਮੈਂ ਸਕ੍ਰਿਪਟ ਪੜ੍ਹਦਾ ਸੀਗਾ, ਮੈਨੂੰ ਲਿਟਰਲੀ ਹਾਸਾ ਆਉਂਦਾ ਸੀਗਾ ਕਿ ਯਾਰ ਤੁਸੀਂ ਕੀ ਕਰਾਉਣਾ ਚਾਹੁੰਦੇ ਹੋ ਮੇਰੇ ਤੋਂ, ਲਿਟਰਲੀ ਯੂ ਰੀਲੀ ਵਾਂਟ ਮੀ ਟੂ ਡੂ ਦਿਸ ਪਾਰਟ, ਹੈ ਨਾ।
ਕਿ ਮੈਂ ਕਿਤੇ ਨਾ ਕਿਤੇ ਸਾਊਥ ਦੀਆਂ ਫਿਲਮਾਂ ਉਹ 50-50 60-60 100-100 ਕਰੋੜ ਦੀਆਂ ਫਿਲਮਾਂ ਕਰਦਾ ਮੈਂ ਉਹਨੂੰ ਉਹ ਮੈਨੂੰ ਐਜ਼ ਅ ਮੇਨ ਵਿਲਨ ਕੰਮ ਦਿੰਦੇ ਆ ਮੇਰੀ ਚਲੋ ਕਲਾਈਮੈਕਸ ਜਾ ਕੇ ਫਾਈਟ ਹੁੰਦੀ ਆ ਠੀਕ ਆ ਉਹ ਇੱਕ ਹੀਰੋ ਵਿਲਨ ਦਾ ਉਹ ਰਹਿੰਦਾ ਆ ਉਹ ਹੋਣਾ ਆ ਦੈਟਸ ਓਕੇ ਬਟ ਤੁਸੀਂ ਮੈਨੂੰ ਜੇ ਉਧਰੋਂ ਪੰਜਾਬੀ ਫਿਲਮ ਕਰਨ ਲਈ ਕਹਿੰਦੇ ਹੋ ਮੇਰਾ ਵੀ ਮਨ ਹੈ ਯਾਰ ਮੈਂ ਪੰਜਾਬੀ ਹਾਂ ਮੇਰੀ ਪੰਜਾਬੀ ਮੈਂ ਸਭ ਤੋਂ ਨੇੜੇ ਆਪਣੇ ਪੰਜਾਬੀ ਬੋਲੀ ਦੇ ਹਾਂ ਮੈਂ ਹੋਰ ਬਾਕੀ ਸਭ ਦੁਨੀਆਂ ਦੀ ਹਰ ਚੀਜ਼ ਮੇਰੇ ਤੋਂ ਮੇਰੇ ਲਈ ਬਾਅਦ ਚ ਆਉਂਦੀ ਹੈ ਸਭ ਤੋਂ ਪਹਿਲਾਂ ਮੇਰੇ ਲਈ ਪੰਜਾਬੀ ਬੋਲੀ ਆਪਣਾ ਸਾਰਾ ਕੁਝ ਆਪਣਾ ਹੁੰਦਾ ਹੈ ਜੋ ਆਪਣਾ ਹੈਗਾ ਹਨਾ ਬਟ ਜੇ ਮੈਂ ਕਿਹਾ ਯਾਰ ਮੈਂ ਪੰਜਾਬੀ ਫਿਲਮ ਚ ਕੰਮ ਕਰੂੰਗਾ ਮੈਨੂੰ ਕਿਤੇ ਨਾ ਕਿਤੇ ਥੋੜੀ ਜਿਹੀ ਸੈਟੀਸਫੈਕਸ਼ਨ ਤੇ ਹੋਵੇ ਮੈਂ ਉੱਥੇ ਜਾ ਕੇ ਮੈਂ ਅੰਦਰੋਂ ਅੰਦਰ ਸੜੀ ਜਾਂ ਮੈਂ ਆਪਣਾ ਖੂਨ ਘਟਾ ਕੇ ਘਰ ਆ ਜਾਂ ਮੈਨੂੰ ਹੁਣ ਤੁਸੀਂ ਥੋੜੇ ਜਿਹੇ ਪੈਸੇ ਤਾਂ ਦੇ ਦਿਓਗੇ ਪੈਸਿਆਂ ਦੇ ਚੱਕਰ ਚ ਮੈਂ ਯੂ ਨੋ ਆਪਣਾ ਜਿਹੜਾ ਸੈਟੀਸਫੈਕਸ਼ਨ ਹੁੰਦੀ ਹੈ ਬੰਦੇ ਦੀ ਜਿਹੜੀ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਤੁਹਾਨੂੰ ਐਕਟਰ ਬਣਨਾ ਬਹੁਤ ਔਖਾ ਆਪਾਂ ਨੂੰ ਬਾਹਰੋਂ ਬਾਹਰੋਂ ਵੇਖ ਕੇ ਬਹੁਤ ਈਜ਼ੀ ਲੱਗਦਾ ਆਪਾਂ ਨੂੰ ਲੱਗਦਾ ਵੀ ਐਵੇਂ ਹੈ ਤਾਂ ਏਦਾਂ ਹੀ ਸਵਾਦ ਲੈ ਜਾਂਦੇ ਹਨਾ ਆ ਕੇ ਬਟ ਇਹਦੇ ਜਿਹੜਾ ਪਿੱਛੇ ਦਾ ਸਫ਼ਰ ਹੁੰਦਾ ਨਾ ਬਹੁਤ ਜ਼ਿਆਦਾ ਡਿਫੀਕਲਟ ਹੁੰਦਾ ਬਹੁਤ ਟਫ ਹੁੰਦਾ ਇਹ ਜਿਹੜੀ ਪ੍ਰੈਪਰੇਸ਼ਨ ਹੁੰਦੀ ਹੈ ਨਾ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਤੁਹਾਨੂੰ ਤੁਸੀਂ ਕਿਰਦਾਰ ਦੇ ਬਾਰੇ ਇੰਨਾ ਸੋਚਦੇ ਰਹਿੰਦੇ ਆ ਇੰਨਾ ਕੁਝ ਸੋਚਦੇ ਰਹਿੰਦੇ ਆ ਨਾ ਤੁਸੀਂ ਤੁਹਾਡੀ ਤੁਸੀਂ ਆਪਣੀ ਰੀਅਲ ਜ਼ਿੰਦਗੀ ਭੁੱਲ ਜਾਂਦੇ ਆ ਬਹੁਤ ਵਾਰੀ ਮੇਰੇ ਨਾਲ ਬਹੁਤ ਵਾਰੀ ਹੁੰਦਾ ਐਵੇਂ ਤੁਸੀਂ ਭੁੱਲ ਜਾਂਦੇ ਆ ਫਿਰ ਬਹੁਤ ਵਾਰੀ ਤੁਹਾਨੂੰ ਰਿਅਲਾਈਜ਼ ਹੁੰਦਾ ਕਿ ਯਾਰ ਆਲੇ ਦੁਆਲੇ ਵਾਲੇ ਨੇ ਜਿਹੜੇ ਤੁਹਾਡਾ ਕਈ ਵਾਰੀ ਲੋਕੀ ਬੈਡ ਵੀ ਫੀਲ ਕਰ ਜਾਂਦੇ ਕਿ ਯਾਰ ਇਹ ਕਿਵੇਂ ਰਿਐਕਟ ਕਰੀ ਜਾਂਦਾ ਸੋ ਯੂ ਨੋ ਸੋ ਬਟ ਸੋ ਯੂ ਨੋ ਹਾਊ ਇਟ ਇਜ਼ ਰਾਈਟ ਸੋ ਇਹ ਡਿਫੀਕਲਟ ਹੈ ਬਟ ਸੋ ਮੈਂ ਨਾ ਥੋੜੇ ਦਿਨ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰੂੰਗਾ ਥੋੜੇ ਦਿਨ ਪਹਿਲਾਂ ਮੈਂ ਐਕਸਟ੍ਰੈਕਸ਼ਨ ਵੇਖੀ ਨੈਟਫਲਿਕਸ ਤੇ ਜੇ ਤੁਸੀਂ ਵੇਖੀ ਆ ਤਾਂ ਓਕੇ ਕ੍ਰਿਸ ਹੈਮਸਵਰਥ ਐਜ਼ ਅ ਥੌਰ ਆਉਂਦਾ ਫਿਲਮਾਂ ਦੇ ਵਿੱਚ ਥੌਰ ਵੇਖਣਾ ਹਰ ਕੋਈ ਬੰਦਾ ਉਹਨੂੰ ਪਸੰਦ ਕਰਦਾ ਹਨਾ ਉਹ ਕਿਸੇ ਨੂੰ ਵੀ ਥੌੜਾ ਮਾਰ ਕੇ ਮਤਲਬ ਵੱਡੇ ਤੋਂ ਵੱਡੇ ਬੰਦੇ ਨੂੰ ਹਲਕ ਵਰਗੇ ਨੂੰ ਹੀ ਉਹ ਥੌੜਾ ਮਾਰ ਕੇ ਭਜਾ ਦਿੰਦਾ ਹਨਾ ਬਟ ਇਫ ਯੂ ਹੈਵ ਸੀਨ ਐਕਸਟ੍ਰੈਕਸ਼ਨ ਉਹਦੇ ਚ ਉਹਨਾਂ ਨੇ ਉਹ ਸਪੈਸ਼ਲ ਬੰਦਾ ਵਿਖਾਇਆ ਬਟ ਉਹ ਆਮ ਬੰਦਾ ਵਿਖਾਇਆ ਉਹ ਕਿਸੇ ਵੀ ਬੰਦੇ ਦੇ ਨਾਲ ਫਾਈਟ ਕਰ ਰਿਹਾ ਚਾਹੇ ਉਹ ਰਣਦੀਪ ਹੁੱਡਾ ਹੈ ਚਾਹੇ ਉਹ ਹੋਰ ਜਿਹੜੇ ਜਿਹੜੇ ਫਾਈਟਰਸ ਨੇਗੇ ਜਿਹੜੇ ਵੀ ਉੱਥੋਂ ਦੇ ਵਿਲਨ ਪਾਰਟੀ ਦੇ ਜਿਹੜੇ ਗੈਂਗ ਦੇ ਬੰਦੇ ਨੇ ਉਹ ਆਮ ਬੰਦੇ ਦੀ ਤਰ੍ਹਾਂ ਲੜ ਰਿਹਾ ਇਹ ਨਹੀਂ ਕਿ ਉਹੀ ਸਾਰਿਆਂ ਨੂੰ ਕੁੱਟੀ ਜਾ ਰਿਹਾ ਤੁਸੀਂ ਰਣਦੀਪ ਹੁੱਡਾ ਦੇ ਨਾਲ ਜਿਹੜਾ ਫਾਈਟ ਸੀਕੁਐਂਸ ਉਹਦਾ ਦੇਖੋਗੇ ਬਿਲਕੁਲ ਐਜ ਟੂ ਐਜ ਉਹ ਮਤਲਬ ਉਸੇ ਲੈਵਲ ਤੇ ਹੈ ਯੂ ਕੈਨ ਨਾਟ ਸੇ ਕਿ ਇੱਕ ਹੈਮਸਵਰਥ ਹੈ ਤਾਂ ਇਹਨੂੰ ਪਤਾ ਨੀ ਕੀ ਵਿਖਾਤਾ ਦੂਜੇ ਮਤਲਬ ਏਦਾਂ ਹੀ ਹਵਾ ਚੁੜੀ ਜਾ ਰਹੇ ਨੇ ਬੰਦੇ ਕੁਝ ਵੀ ਕਰੀ ਜਾ ਰਹੇ ਨੇ ਮਤਲਬ ਹੀ ਇਜ਼ ਸੱਚ ਅ ਸਟਰੋਂਗ ਮੈਨ 6'3" ਦਾ ਵਧੀਆ ਹਾਈਟ ਹੈ ਫਿਜ਼ੀਕ ਹੈ ਮਤਲਬ ਹੀ ਸਟੈਂਡ ਆਊਟ ਅਗਰ ਉਹ ਕਿਸੇ ਨੂੰ ਉਡਾਏ ਵੀ ਹਵਾ ਚ ਤਾਂ ਵੀ ਬਿਲੀਵ ਹੋਊਗਾ ਕਿ ਹਾਂ ਯਾਰ ਉਹ ਹੈਗਾ ਬੰਦਾ ਉਡਾ ਸਕਦਾ ਹੈਨਾ ਸੋ ਕਿਤੇ ਨਾ ਕਿਤੇ ਆਪਾਂ ਨਾ ਥੋੜਾ ਜਿਹਾ ਮੈਨੂੰ ਲੱਗਦਾ ਆਪਣਾ ਮੈਂ ਇਹ ਨਹੀਂ ਕਹੂੰਗਾ ਕਿ ਕੋਈ ਇੱਕ ਸਿਨੇਮਾ ਆਪਣਾ ਪੂਰਾ ਇੰਡੀਆ ਤਾਂ ਹਿੰਦੀ ਸਿਨੇਮਾ ਦੀ ਵੀ ਜੇ ਆਪਾਂ ਗੱਲ ਕਰੀਏ ਕਿਤੇ ਨਾ ਕਿਤੇ ਆਪਾਂ ਰਿਐਲਿਟੀ ਤੋਂ ਬਹੁਤ ਦੂਰ ਰਹਿੰਦੇ ਹਾਂ ਸਪੈਸ਼ਲੀ ਇਨ ਟਰਮਸ ਆਫ ਐਕਸ਼ਨ ਇਨ ਟਰਮਸ ਆਫ ਐਕਸ਼ਨ ਯਾ ਬਟ ਇਹ ਰਿਐਲਿਟੀ ਦੇ ਨੇੜੇ ਹੋਣਾ ਬਹੁਤ ਜ਼ਰੂਰੀ ਹੈ ਜਿੰਨਾ ਰਿਐਲਿਟੀ ਦੇ ਨੇੜੇ ਆਵਾਂਗੇ ਉਨਾ ਲੋਕੀ ਜ਼ਿਆਦਾ ਕਨੈਕਟ ਕਰਨਗੇ ਆਪਾਂ ਨੂੰ ਪਤਾ ਨਹੀਂ ਕਿਉਂ ਲੱਗਦਾ ਕਿ ਆਪਾਂ ਆਈ ਡੋਨਟ ਨੋ ਆਈ ਥਿੰਕ ਇਟ ਸ਼ੁਡ ਚੇਂਜ No, I'm not frustrated. Some few things that I cannot say. Right. You know, right. I cannot say here in the live. Main lagda ki filmaan jehdiyan ne natural honiyan chahidiyan, real filmaan, real. If you're not showing somebody superhero, agar tohi superhero vikha rahe ho, then you show those powers, it makes sense. Right. Till the time you're not showing anybody superhero, agar tohi normal insaan vikha rahe ho kisan, toh unhun normal insaan di tarah hi vikhao. ਮੈਂ ਹੁਣ ਮਾਰਸ਼ਲ ਆਰਟਿਸਟ ਹਾਂ ਮੈਂ MMA ਕਰਦਾ ਜੇ ਮੇਰੇ ਨਾਲ 5 ਨਾਰਮਲ ਬੰਦੇ ਆ ਜਾਣਗੇ ਨਾ ਮੈਨੂੰ 5 ਨਾਰਮਲ ਬੰਦਿਆਂ ਨਾਲ ਲੜਨਾ ਔਖਾ ਹੋਊਗਾ ਦੈਟਸ ਦਾ ਰਿਐਲਿਟੀ ਹੈ ਨਾ ਸੋ ਇਹ ਚੀਜ਼ਾਂ ਆਪਾਂ ਨੂੰ ਰੀਅਲ ਦੇ ਨੇੜੇ ਹੈ ਰੱਖਣਾ ਬਹੁਤ ਜ਼ਰੂਰੀ ਹੈ ਦੈਟਸ ਰੀਅਲੀ ਰੀਅਲੀ ਇੰਪੋਰਟੈਂਟ ਫੋਰ ਅਸ ਫੋਰ ਐਵਰੀਬਡੀ ਫੋਰ ਪੀਪਲ ਹੂ ਵਾਚ ਲੋਕੀ ਜਿਹੜੇ ਸਾਨੂੰ ਪੈਸਾ ਦਿੰਦੇ ਆ ਕਿਉਂਕਿ ਅੱਜ ਕੱਲ੍ਹ ਜਿਹੜਾ ਜ਼ਮਾਨਾ ਆ ਗਿਆ ਤੁਸੀਂ ਰਾਜਕੁਮਾਰ ਦੀਆਂ ਫਿਲਮਾਂ ਵੇਖੋ ਤੁਸੀਂ ਆਯੁਸ਼ਮਾਨ ਦੀਆਂ ਫਿਲਮਾਂ ਵੇਖੋ ਸਾਰੀਆਂ ਰੀਅਲ ਨੇ 100% ਸਲਮਾਨ ਖਾਨ ਦੀ ਦਬੰਗ 3 ਪਾਣੀ ਨਹੀਂ ਮੰਗਦੀ ਕੋਈ ਨਹੀਂ ਪੁੱਛਦਾ ਉਹਨੂੰ ਕੋਈ ਨਹੀਂ ਪੁੱਛਦਾ ਫਿਲਮਾਂ ਉਹੀ ਚੱਲਦੀਆਂ ਨੇ ਜਿਹੜੀਆਂ ਰੀਅਲ ਨੇ ਕਿਉਂਕਿ ਹੁਣ ਉਹ ਗੱਲਾਂ ਨਹੀਂ ਰਹੀਆਂ ਹੁਣ ਲੋਕਾਂ ਨੂੰ ਪਤਾ ਹੈ ਸ਼ੂਟਿੰਗ ਕਿਵੇਂ ਹੁੰਦੀ ਹੈ ਕਿੱਥੇ ਹੁੰਦੀ ਹੈ ਐਕਸ਼ਨ ਕਿਵੇਂ ਹੁੰਦਾ ਹੈ ਕੀ ਕਰਦੇ ਨੇ ਕਿਵੇਂ ਬੰਦੇ ਨੂੰ ਉਡਾਉਂਦੇ ਨੇ ਕਿਵੇਂ ਵਿਖਾਉਂਦੇ ਨੇ ਸੋ ਨਾਓ everybody knows everything right so je apa real film banavange apna fayda ohde ch na so I think yeah so I'm not frustrated
हिसाब किताब लाना बहुत जरूरी है. आज ऑडियंस कैरेक्टर्स नु ज्यादा प्यार करती है मेनू नहीं लगता यू नो पर्सनालिटी हीरो एंड हीरोइन मैटर करती है वो किरदार नाल ट्रू दैट ट्रू दैट बढ़िया लगया सीगा. सो थैंक यू वेरी मच. उसके बाद जेडी निशाना फिल्म हैगी है ओदे च भी तुसी नेगेटिव प्ले कर रहे हो. नेगेटिव लीड प्ले कर रहे हैं जी. वो फिल्म की स्टोरी बहुत घेंट है. अच्छा ओके ओके. हां वो सुखमिंदर तंजल जी डायरेक्ट कर रहे ने. ਉਹੋ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੇ ਬਹੁਤ ਬਹੁਤ ਰੀਅਲ ਹੈ ਔਰ ਬਹੁਤ ਪਿੰਡਾਂ ਦੇ ਵਿੱਚ ਜੋ ਕੁਝ ਹੁੰਦਾ ਨਾ ਬੜਾ ਬੜੀ ਰੀਅਲ ਜੀ ਕਹਾਣੀ ਹੈ. ਬੜਾ ਵਧੀਆ ਜੀ ਚੀਜ਼ ਹੈ ਉਹ. ਇਟਸ ਸਮਥਿੰਗ ਡਿਫਰੈਂਟ. ਮੇਰੇ ਨਾਲ ਗੁੱਗੂ ਗਿੱਲ ਜੀ ਨੇ ਐਂਡ ਕੁਲਵਿੰਦਰ ਬਿੱਲਾ ਜੀ ਨੇ. ਤਨਰੋਜ ਹੈ ਇੱਕ ਮੁੰਡਾ. ਸਾਨਵੀ ਧਮਾਨ ਹੈ ਐਂਡ ਬਹੁਤ ਸਾਰੇ ਲੋਕਾਂ ਨੂੰ ਮੈਂ ਨਹੀਂ ਜਾਣਦਾ. ਰਾਣਾ ਜੰਗ ਬਹਾਦਰ ਜੀ ਨੇ. खत्म हो जानी सी. Future ki predict kar rahe ho tusi entertainment industry because producers ne bhi hun bolta you know the producers guild has also released a statement saying that ki hun jehdiyan chotiyan filmaan hegiyan aun wale samay ch shayad suffer karan giyan so inna to digitally da at least release karke dekh lo. So tuhanu ki lagda ki aun wale samay de vich as an actor kinna ko future optimistic hega? See mainu lagda hai jo main vekhya hun tak it's not about being only an actor. Mainu lagda ki कोई भी बंदा किते भी काम कर रहा है हर बंदा सफर करूगा ही करूगा. भावे कोई भी किते भी काम कर रहा है. सो एक्टर्स नूं भी उद्दां ही होगा क्योंकि सारा कुछ ही रुक गया. सो जे आपां फिल्मां दी गल करिए जिहड़ियां फिल्मां बन के तैयार हो गईयां ने जो थिएटर च रिलीज होणगीयां वी जे मान लो हुण 15 दिन बाद या 20 दिन बाद लॉकडाउन जिहड़ा खत्म हो जांदा है लोकी आम बाहर निकलण लग पैंदे ने फिर भी जिवें कहिंदे आ कि हाले जिन्ना चिर खत्म नहीं हुंदा जिन्ना चिर बीमारी जिहड़ी आ खत्म नहीं हुंदी उन्ना चिर थिएटर खुल्लणगे नहीं. जे खुल्लणगे भी तां लोकी उत्थे जाणगे नहीं क्योंकि हर बंदे दे विच किते ना किते डर बैठा होया भीड़ वाले एरिया नूं लै के स्पैशली है ना. सो इस चीज़ां नूं हाले टाइम तां लगूगा. सो डेफिनेटली इह सफर तां कर ही रहे आपां सारे रल के है. सो फिल्मां जे ओटीटी दी गल करदे आ तां पिछे जे इक मैं फिल्म कीती सी हिंदी फिल्म ड्राइव राइट. ओ फिल्म सिनेमा लई बनी सी बेसिकली. अच्छा बट ओ फिल्म शायद इन्नी वधिया बनी नहीं आ की सीगा आई डोंट नो दैट दिस वाज द करंट प्रोजेक्ट राइट. या धर्मा प्रोडक्शन दी फिल्म सीगी. सो बट ओ शायद फिल्म उन्हां तों नहीं बनी जिवें दी ओ बनाउणी चाहुंदे सी फिर उन्हां नेटफ्लिक्स ते रिलीज़ करती. बट किते ना किते मैनू पर्सनली मैं ओदा पार्ट सीगा एज एन एक्टर काम कीता सी ओदे च मैनू किते ना किते चंगा लगा क्योंकि ओह मैं जदों फिल्म वेखी मैनू पर्सनली खुद नूं भी फिल्म चंगी नहीं लगी. अच्छा फिर मैनूं लग्या कि यार जदों एवें दी कोई फिल्म बनदी है जदों बंदा थिएटर च वेखण जांदा है ते ओह कहिंदा कि यार ए बंदा जदों 200 रुपए दी या 100 रुपए दी 250 दी टिकट लै के जांदा ओह किते ना किते वधिया चीज़ एक्सपेक्ट करदा आ. ਉਹ ਫਿਰ ਜਦੋਂ ਵਿੰਦਾ ਹੈ ਜਦੋਂ ਕੋਈ ਮਾੜੀ ਚੀਜ਼ ਸਾਹਮਣੇ ਆਉਂਦੀ ਹੈ ਤਾਂ ਫਿਰ ਉਹਨੂੰ ਬਹੁਤ ਦੁੱਖ ਲੱਗਦਾ. ਉਹਨੂੰ ਲੱਗਦਾ ਯਾਰ ਕਈ ਬੰਦੇ ਅੱਧ ਚੋਂ ਉੱਠ ਕੇ ਤੁਰ ਜਾਂਦੇ ਨੇ ਕਈ ਬੰਦੇ ਗਾਲਾਂ ਕੱਢਦੇ ਨੇ ਕਈ ਕੁਛ ਕਰਦਾ. ਸੋ ਫਿਰ ਮੈਨੂੰ ਕਿਤੇ ਨਾ ਕਿਤੇ ਚੰਗੀ ਲੱਗੀ ਨੈਟਫਲਿਕਸ ਤੇ ਆਈ ਹੈ ਕਿ ਐਟਲੀਸਟ ਕਈਆਂ ਬੰਦਿਆਂ ਨੂੰ ਚੰਗੀ ਵੀ ਲੱਗੀ ਉਹ. ਬਟ ਅਗਰ ਤੁਹਾਨੂੰ ਐਵੇਂ ਦੀ ਚੀਜ਼ ਚੰਗੀ ਲੱਗਦੀ ਹੈ ਨਹੀਂ ਚੰਗੀ ਲੱਗਦੀ ਨੈਟਫਲਿਕਸ ਤੇ ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ 10 ਮਿੰਟ ਚ 5 ਮਿੰਟ ਚ ਆਪਣਾ ਚੇਂਜ ਕਰਕੇ ਕੁਝ ਹੋਰ ਵੇਖ ਸਕਦੇ ਆ. ਇਟਸ ਨਾਟ ਲਾਈਕ ਕਿ ਥੀਏਟਰ ਚ ਤੁਸੀਂ ਟਿਕਟ ਲੈ ਕੇ ਗਏ ਆ ਤੁਸੀਂ ਤੁਹਾਨੂੰ ਪੂਰੀ ਫਿਲਮ ਵੇਖਣੀ ਪੈਣੀ ਹੈ ਹਨਾ. ਸੋ ਇਹ ਕਿਤੇ ਨਾ ਕਿਤੇ ਓਟੀਟੀ ਦਾ. ਹਾਂਜੀ ਮੈਂ ਕਿ ਪੌਪਕੌਰਨ ਸੇ ਕੋਕ ਵੀ ਤੇ ਚਾਹੀਦੇ ਹੁੰਦੇ ਬੰਦੇ ਨੂੰ.
yeah, maybe. I don't eat popcorn, so. yeah, natural bhi change hunde waise. Yeah, oh bhi chahida hunda. Oh, see, cinema da. Agar apna us level te gal kariye ta cinema varga nazara ta hai nahi kithe. Absolutely. Cinema la swaad to cinema chi hunda. Sa aur mainu lagda ki ajkal na jehdi 90% jehdi audience hai na 80-90% लोग जिहड़े ने रिव्यू वेख के फिल्म देखने जाते हैं वो पहलियां गल्लां गईयां कि पहली फिल्म आ गई जी पहला शो वेखना वो गल्लां नहीं हैगियां हुण हाउ वर द फर्स्ट डे कलेक्शंस ऑफ अ फिल्म एनी फिल्म जे तुहानूं लगदा कि फर्स्ट डे कलेक्शन पोस्ट करो जे ऑन आई मीन ऑन सोशल मीडिया तुहानूं लगदा लोक की ज्यादा पिक्चर देखने जाते नहीं मैनू नहीं लगता मैं रियलिटी दे बहुत नेड़े रहना पसंद करता मैनू लगता है फिल्म थोड़ी चलनी है माउथ पब्लिसिटी नाल तुसी किन्ना भी जोर ला लो तुसी किन्नियां भी कुछ भी कर लो जे थोड़ी फिल्म चंगी होगी लोकी एप्रीशिएट करनगे तां ही थोड़ी फिल्म चलनी है तुसी जो मर्जी कर लो जिन्ना मर्जी जोर ला लो जे फिल्म चंगी बनी होगी लोकी पसंद करनगे देन ओनली इट्स गोइंग टू वर्क अदरवाइज औखा है ना सो ਚੰਗੀਆਂ ਚੀਜ਼ਾਂ ਬਣਾਉਣ ਤੇ ਧਿਆਨ ਦੇਣਾ ਚਾਹੀਦਾ ਸਾਨੂੰ ਚੰਗੀਆਂ ਸਟੋਰੀਆਂ ਚੰਗੇ ਕਿਰਦਾਰ ਵਿਕਮ ਬਹੁਤ ਸਾਰੇ ਐਕਟਰਸ ਆਰ ਬਿਕਮਿੰਗ ਪ੍ਰੋਡਿਊਸਰਸ ਆਫ ਵੈਬ ਸੀਰੀਜ਼ ਐਂਡ ਅਦਰਵਾਈਜ਼ ਅ ਲੋਟ ਆਫ ਕੰਟੈਂਟ ਡੂ ਯੂ ਪਲਾਨ ਟੂ ਇਨਵੈਸਟ ਇਨ ਐਨੀ ਸੱਚ ਕੰਟੈਂਟ ਨਾਟ ਰਾਈਟ ਨਾਓ ਬਟ ਕਮਿੰਗ ਟਾਈਮ ਚ ਆਈ ਹੈਵ ਪਲਾਨਸ ਡੂ ਯੂ ਹੈਵ ਸੋ ਆਈ ਹੈਵ ਪਲਾਨਸ ਸੋ ਆਈ ਵਿਲ ਸਟਾਰਟ ਬਟ ਨਾਟ ਰਾਈਟ ਨਾਓ ਹਾਲੇ ਮੈਂ ਉਸ ਪੋਜੀਸ਼ਨ ਚ ਨਹੀਂਗਾ So, okay. but thode time baad main shayad aun wale 2-3 saalan de baad main shuruaat karan ji main soch reha hai is cheez nu leke main soch reha thode time to netflix tusi series banana chahunde ho tusi film banana chahunde ho ki banana chahunde ho see main banda thoda na free mind jaawan main kade vi kise cheez nu leke na ik thaan te oh khad nahi hunda mere ton mainu lagda hai ki koi vi cheez tusi kar sakde ho cheez vadhiya honi chahidi hai ਤੁਸੀਂ ਭਾਵੇਂ ਸ਼ਾਰਟ ਫਿਲਮ ਬਣਾ ਲਓ ਭਾਵੇਂ ਤੁਸੀਂ ਇੱਕ ਘੰਟੇ ਦੀ ਟੈਲੀਫਿਲਮ ਬਣਾ ਲਓ ਤੁਸੀਂ ਟੀਵੀ ਸੀਰੀਅਲ ਬਣਾ ਲਓ ਤੁਸੀਂ ਭਾਵੇਂ ਇੱਕ ਗਾਣਾ ਬਣਾ ਲਓ ਮਤਲਬ ਇਟ ਸ਼ੁੱਡ ਬੀ ਸਮਥਿੰਗ ਡਿਫਰੈਂਟ ਕਿ ਲੋਕੀ ਯੂ ਨੋ ਤੁਸੀਂ ਕੁਝ ਨਾ ਕੁਝ ਮੈਸੇਜ ਐਟਲੀਸਟ ਕਿਸੇ ਨੂੰ ਦੇ ਸਕੋ ਜਾਂ ਤੁਸੀਂ ਕਿਸੇ ਨੂੰ ਖੁਸ਼ ਕਰ ਸਕੋ ਜਾਂ ਤੁਸੀਂ ਕਿਸੇ ਨਾ ਕਿਸੇ ਚੀਜ਼ ਨਾਲ ਲੋਕਾਂ ਨੂੰ ਪ੍ਰਭਾਵਿਤ ਕਰ ਸਕੋ ਸੋ ਉਹ ਕੁਝ ਵੀ ਹੋ ਸਕਦਾ ਹੈ ਨਾ ਸੋ ਮੈਂ ਕਿਸੇ ਚੀਜ਼ ਚ ਫਸ ਕੇ ਨਹੀਂ ਰਹਿੰਦਾ ਸੋ I'm open for everything. So for instance, you have I can do anything. Tomorrow, Vikram ji, tusi koi genre padhna hove, ta kede genre da stuff padhoge? Je mera personal favorite puchoge ta mainu historical cheezan bahut pasand ne. Jadon koi historical de hisab naal mere kol budget hovega pehla ta, kyunki unna de paise bahut kharch hunde hai. Right. So ਬਹੁਤ ਸਾਰੇ ਕੰਟੈਂਟ ਐਵੇਂ ਦੇ ਹੈਗੇ ਨੇ ਬਹੁਤ ਸਾਰੀਆਂ ਚੀਜ਼ਾਂ ਐਵੇਂ ਦੀਆਂ ਹੈਗੀਆਂ ਨੇ ਜਿਹੜੀਆਂ ਹਾਲੇ ਵੀ ਦੱਸੀਆਂ ਨਹੀਂ ਗਈਆਂ ਲੋਕਾਂ ਨੂੰ ਹਿਸਟਰੀ ਦੇ ਵਿੱਚ ਆਪਾਂ ਆਪਣੇ ਸਿੱਖਿਜ਼ਮ ਦੀ ਗੱਲ ਕਰੀਏ ਆਪਣੇ ਪੰਜਾਬ ਦੀ ਗੱਲ ਕਰ ਲਈਏ ਇੰਨਾ ਕੁਝ ਪਿਆ ਜੇ ਆਪਾਂ ਥੋੜਾ ਜਿਹਾ ਵੀ 5% ਵੀ ਲੋਕਾਂ ਨੂੰ ਦੱਸਦੀ ਹੈ ਨਾ ਸੋ ਮੇਰੇ ਖਿਆਲ 'ਚ ਜਿਹੜੀਆਂ ਆਉਣ ਵਾਲੀਆਂ ਜਨਰੇਸ਼ਨਸ ਨੇ ਸਾਡੀਆਂ ਜਿਹੜੀਆਂ ਅਗਲੀਆਂ ਨਸਲਾਂ ਨੇ ਉਹਨਾਂ ਨੂੰ ਆਪਾਂ ਬਹੁਤ ਕੁਝ ਦੱਸ ਸਕਦੇ ਹਾਂ ਕਿਉਂਕਿ ਬਹੁਤ ਸਾਰੇ ਕਿਤਾਬਾਂ ਸ਼ਾਇਦ ਨਹੀਂ ਪੜ੍ਹਦੇ ਫਿਲਮਾਂ ਇੱਕ ਬਹੁਤ ਵਧੀਆ ਜ਼ਰੀਆ ਨੇ ਲੋਕਾਂ ਨੂੰ ਸਾਡਾ ਇਤਿਹਾਸ ਅਸੀਂ ਕੌਣ ਆ ਇਹ ਦੱਸਣ ਦਾ ਜੇ ਆਪਾਂ ਸੋਹਣੇ ਤਰੀਕੇ ਦੇ ਨਾਲ ਵੀ ਤਾਂ ਵਿਸ਼ੇ ਬਣ ਜਾਂਦੀਆਂ ਨੇ ਬਿਕਾਜ਼ ਅ ਲੋਟ ਆਫ ਫਿਲਮਸ ਹੈਵ ਗੋਨ ਇਨਟੂ ਅ ਲੋਟ ਆਫ ਟ੍ਰਬਲ ਸਪੈਸ਼ਲੀ ਰਿਲੀਜੀਅਸ ਸਿੱਖ ਫਿਲਮਸ ਮੈਨੂੰ ਲੱਗਦਾ ਨਹੀਂ ਬਣਨੀਆਂ ਚਾਹੀਦੀਆਂ ਜਦੋਂ ਸੀ ਜਿਹੜੀ ਚੀਜ਼ 'ਚ ਕੋਈ ਵਾਕਈ ਜਿਹਦੇ 'ਚ ਕੁਝ ਐਵੇਂ ਦਾ ਕੁਝ ਹੋਵੇ ਕਿ ਕਿਸੇ ਨੂੰ ਠੇਸ ਪਹੁੰਚਦੀ ਹੈ ਅੱਜ ਕੱਲ੍ਹ ਨਾ ਇਹ ਸਾਡੇ ਦੇਸ਼ 'ਚ ਪਤਾ ਨਹੀਂ ਕਿਉਂ ਧਰਮਾਂ ਨੂੰ ਲੈ ਕੇ ਚੀਜ਼ਾਂ ਜ਼ਿਆਦਾ ਹੀ ਹੋ ਰਹੀਆਂ ਨੇ ਨਹੀਂ ਹੋਣੀਆਂ ਚਾਹੀਦੀਆਂ ਆਪਾਂ ਨੂੰ ਐਜ਼ ਅ ਇਨਸਾਨ ਵੇਖਣਾ ਚਾਹੀਦਾ ਆਪਾਂ ਨੂੰ ਐਜ਼ ਅ ਇਨਸਾਨ ਵੇਖਣਾ ਚਾਹੀਦਾ ਸਾਰਿਆਂ ਨੂੰ ਹੁਣ ਪਿੱਛੇ ਜੀ ਇੱਕ ਗੱਲ ਚੱਲ ਰਹੀ ਸੀਗੀ ਰਣਜੀਤ ਬਾਵੇ ਵੀਰ ਦਾ ਗਾਣਾ ਸੀਗਾ ਇੱਕ ਉਹ ਮੈਂ ਸੁਣਿਆ ਉਹਦੇ 'ਚ ਕੱਖ ਵੀ ਨਹੀਂ ਗਾ ਬਹੁਤ ਵਧੀਆ ਸ਼ਬਦ ਬੋਲੇ ਨੇ ਉਹਦੇ 'ਚ ਕੱਖ ਵੀ ਗਲਤ ਨਹੀਂ ਬੋਲਿਆ ਉਹਨੇ ਕਿੰਨਾ ਸੋਹਣਾ ਗਾਣਾ ਗਾਇਆ ਉਹਨੇ ਯਾਰ ਆਮ ਗੱਲ ਕੀਤੀ ਉਹਨੇ ਕਿਸੇ ਨੂੰ ਕਿਸੇ ਦਾ ਨਾਂ ਨਹੀਂ ਲਿਆ ਉਹਨੇ ਕਿਸੇ ਨੂੰ ਕੁੱਖ ਨਹੀਂ ਕਿਹਾ ਉਹਨੇ ਸਾਰੇ ਧਰਮਾਂ ਦੀ ਆਪਣੇ ਸਿੱਖਾਂ ਬਾਰੇ ਵੀ ਕਿਹਾ ਜੋ ਰਿਐਲਿਟੀ ਹੋ ਰਹੀ ਹੈ ਉਹ ਦੱਸੀ ਆ ਉਹਨੇ ਸੱਚਾਈ ਦੱਸੀ ਆ ਉਹਨੇ ਕੁਝ ਗਲਤ ਨਹੀਂ ਕਿਹਾ ਕਿਸੇ ਬਾਰੇ ਹੁਣ ਲੋਕੀ ਐਵੇਂ ਰੌਲਾ ਪਾ ਕੇ ਬਹਿ ਜਾਂਦੇ ਨੇ ਤੁਸੀਂ ਕੀ ਕਹਿ ਸਕਦੇ ਹੋ ਰੌਲਾ ਪਾਉਣ ਵਾਲਿਆਂ ਦਾ ਨਾ ਕੋਈ ਇਮਾਨ ਹੁੰਦਾ ਨਾ ਕੋਈ ਮਜ਼ਹਬ ਹੁੰਦਾ ਨਾ ਉਹਨਾਂ ਦੀ ਕੋਈ ਜਾਤ ਹੁੰਦੀ ਹੈ ਨਾ ਉਹਨਾਂ ਦੀ ਕੋਈ ਬੋਲੀ ਹੁੰਦੀ ਆ ਉਹਨਾਂ ਨੇ ਕੰਜਰਖਾਨਾ ਕਰਨਾ ਹੀ ਹੁੰਦਾ ਸੋ ਤੁਸੀਂ ਕੁਝ ਨਹੀਂ ਕਹਿ ਸਕਦੇ ਇਹੋ ਜਿਹਾ ਨੂੰ ਹੈਨਾ ਬਟ ਮੈਨੂੰ ਲੱਗਦਾ ਕਿ ਜੇ ਤੁਸੀਂ ਚੰਗੀਆਂ ਚੀਜ਼ਾਂ ਜੇ ਸਾਡਾ ਇਤਿਹਾਸ ਸਾਡਾ ਸਿੱਖਾਂ ਕੋਲ ਇੰਨਾ ਕੁਝ ਹੈ ਸਾਡਾ
ਇਤਿਹਾਸ ਭਰਿਆ ਪਿਆ ਗ੍ਰੰਥਾਂ ਦੇ ਵਿੱਚ। ਜੇ ਅਸੀਂ ਉਹਦੇ ਤੇ ਵਧੀਆ ਫਿਲਮਾਂ ਬਣਾ ਕੇ ਲੋਕਾਂ ਨੂੰ ਦੱਸੀਏ, ਮੈਨੂੰ ਲੱਗਦਾ ਇਸ ਤੋਂ ਵਧੀਆ ਚੀਜ਼ ਹੋਰ ਕੱਖ ਨਹੀਂ ਹੋ ਸਕਦੀ। ਅਸੀਂ ਆਪਣੇ ਆਉਣ ਵਾਲੇ ਬੱਚਿਆਂ ਨੂੰ ਕਿਵੇਂ ਦੱਸਾਂਗੇ ਸਾਡੇ ਬਾਰੇ ਕਿ ਅਸੀਂ ਕੌਣ ਹੁੰਦੇ ਹਾਂ? ਮੇਰੇ ਖਿਆਲ ਸਭ ਤੋਂ ਵਧੀਆ ਮਾਧਿਅਮ ਇਹ ਹੈ ਜੇ ਆਪਾਂ ਵਧੀਆ ਫਿਲਮਾਂ ਬਣਾ ਕੇ, ਜਿਵੇਂ ਹੁਣ ਮੈਂ ਗੱਲ ਕਰਦਾ ਸੀ ਪਿੱਛੇ ਬੈਟਲ ਆਫ ਸਾਰਾਗੜੀ ਫਿਲਮ ਜਿਹੜੀ ਸੀ ਉਹ ਮੇਰੀ ਜ਼ਿੰਦਗੀ ਦੀ ਹੁਣ ਤੱਕ ਦੀ ਸਭ ਤੋਂ ਪਹਿਲੀ ਫਿਲਮ ਸੀ ਜਿਹੜੀ ਮੈਂ ਕਰਨਾ ਚਾਹੁੰਦਾ ਸੀ। ਉਹਦਾ ਰੀਜ਼ਨ ਇਹੀ ਸੀਗਾ ਕਿ ਉਹ ਸਿੱਖਾਂ ਤੇ ਜੋ ਸਿੱਖਾਂ ਨੇ ਕੀਤਾ ਸੀਗਾ ਬਿਲਕੁਲ 100% ਸੱਚਾਈ ਦੱਸ ਰਹੀ ਸੀਗੀ ਉਹਦੇ ਚੋਂ। ਉਹ ਬਿਲਕੁਲ ਉਹਨਾਂ ਦਾ ਜਿਹੜਾ ਲੁੱਕ ਤੋਂ ਲੈ ਕੇ, ਉਹਨਾਂ ਦੀ ਬੋਲੀ ਤੋਂ ਲੈ ਕੇ, ਫਿਲਮ ਦੀ ਕਹਾਣੀ ਤੋਂ ਲੈ ਕੇ, ਇੱਕ ਇੱਕ ਕਿਰਦਾਰ ਤੋਂ ਲੈ ਕੇ ਰੀਅਲ ਸੀਗਾ। ਕਿਹੜੇ ਕਿਹੜੇ ਸੋਲਜਰ ਹੁੰਦੇ ਨੇ ਕਿ ਜਿਹੜੇ ਲੜਨ ਗਏ ਹੁਣ 21 ਬੰਦੇ ਜਿਹਨਾਂ ਨੂੰ ਪਤਾ 10,000 ਬੰਦਾ ਇੰਨਾ ਆਉਣ ਵਾਲਾ ਹੈ, ਉਹਨਾਂ ਚ ਕਿੰਨਾ ਹੌਸਲਾ ਹੋਊਗਾ? ਉੱਥੇ ਖੜੇ ਨੇ ਯਾਰ, ਉਹ ਵਾਪਸ ਨਹੀਂ ਆਏ, ਕਿ ਉਹ ਐਵੇਂ ਦੇ ਹੋਣਗੇ ਕੁੱਕੜੀਆਂ ਪਿੱਛੇ ਖੇਡਦੇ ਫਿਰਦੇ ਨੇ? ਐਵੇਂ ਦੇ ਹੋਣਗੇ? ਇੱਦਾਂ ਦਾ ਕੁਛ ਕਰਨਗੇ ਉਹ? They will not do those kind of stupid activities. ਜਿਹੜੇ ਵਾਰੀਅਰ ਹੁੰਦੇ ਨੇ, ਜਿਹੜੇ ਬਰੇਵ ਬੰਦੇ ਹੁੰਦੇ ਨੇ, ਉਹ ਵੱਖਰੀ ਚੀਜ਼ਾਂ ਹੁੰਦੀਆਂ ਨੇ। ਉਹਨਾਂ ਨੂੰ ਆਪਾਂ ਆਹ ਸਭ ਕਰਕੇ ਨਹੀਂ, ਕਰਦੇ ਹੋਏ ਨਹੀਂ ਵਿਖਾ ਸਕਦੇ ਆਪਾਂ। ਜੇ ਤੁਹਾਨੂੰ ਰਿਐਲਿਟੀ ਨਹੀਂ ਪਤਾ ਤੇ ਕੁਝ ਐਵੇਂ ਦੀ ਚੀਜ਼ ਕ੍ਰੀਏਟ ਕਰੋ ਕਿ ਉਹ ਰੀਅਲ ਲੱਗੇ, ਵੇਖਣ ਵਾਲਿਆ ਉਹ ਚੀਜ਼ ਮਹਿਸੂਸ ਕਰ ਸਕੇ, ਉਹ ਫੀਲ ਕਰ ਸਕੇ, ਉਹ ਇਮੋਸ਼ਨਲੀ ਉਹਦੇ ਨਾਲ ਜੁੜ ਸਕੇ ਕਿ ਹਾਂ ਯਾਰ ਇਹ ਸੱਚਾਈ 'ਚ ਹੋਇਆ ਹੋਣਾ। ਸੋ ਅਸਲੀ ਚੀਜ਼ਾਂ ਆਉਣੀਆਂ ਬਹੁਤ ਜ਼ਰੂਰੀ ਨੇ। ਇਟਸ ਰੀਅਲੀ ਇੰਪੋਰਟੈਂਟ, ਬਿਕੋਜ਼ ਆਉਣ ਵਾਲੀ ਜਿਹੜੀ ਜਨਰੇਸ਼ਨਸ ਨੇ ਸਾਡੀਆਂ, ਇਹੀ ਸਾਰਿਆਂ ਦੇ ਹੱਥਾਂ 'ਚ ਫੋਨ ਹੈ, ਸਾਰੇ ਟੀਵੀ ਵਹਿੰਦੇ ਨੇ, ਹੋਰ ਕੱਖ ਨਹੀਂ ਕਰਦਾ ਕੋਈ। ਸੋ ਅਗਰ ਤੁਸੀਂ ਵਧੀਆ ਫਿਲਮਾਂ ਬਣਾ ਕੇ ਕਿਸੇ ਨੂੰ ਅਗਰ ਕੁਝ ਸਮਝਾ ਸਕੋਗੇ, ਕੁਝ ਗਾਈਡ ਕਰ ਸਕੋਗੇ, ਮੇਰੇ ਖਿਆਲ 'ਚ ਬਹੁਤ ਫਰਕ ਪੈਂਦਾ ਲੋਕਾਂ ਦਾ। ਜਦੋਂ ਮੈਂ ਓ ਮਾਈ ਗੋਡ ਅਕਸ਼ਾ ਕੁਮਾਰ ਬਾਈ ਦੀ ਜਦੋਂ ਫਿਲਮ ਆਈ ਸੀ ਮੈਂ ਵੇਖੀ ਸੀ, ਮੇਰੀ ਪਰਸਨਲ ਆਪਣੇ ਜੀਵਨ 'ਤੇ ਬਹੁਤ ਪ੍ਰਭਾਵ ਪਿਆ ਸੀ ਉਹਦਾ। ਉਸ ਤੋਂ ਪਹਿਲਾਂ ਮੇਰੀ ਸੋਚ ਜਿਹੜੀ ਸੀਗੀ ਵੱਖਰੀ ਸੀਗੀ, ਫਿਲਮ ਵੇਖਣ ਤੋਂ ਬਾਅਦ ਬਹੁਤ ਚੀਜ਼ਾਂ ਮੇਰੇ ਮਨ 'ਚ ਕਲੀਅਰ ਹੋਈਆਂ, ਔਰ ਉਹ ਸੱਚ ਸੀਗਾ 100%। ਉਹਦੇ 'ਚ ਸੱਚੀਆਂ ਗੱਲਾਂ ਨੇ, ਕੋਈ ਮਾੜਾ ਗਲਤ ਨਹੀਂ ਕਿਹਾ, ਕਿਸੇ ਨੂੰ ਟਾਰਗੇਟ ਨਹੀਂ ਕੀਤਾ ਉਹਨਾਂ ਨੇ, ਕਿਸੇ ਨੂੰ ਰਿਐਲਿਟੀ ਦੱਸੀ ਉਹਨਾਂ ਨੇ, ਹੈ ਨਾ। ਹੁਣ ਬਹੁਤ ਸਾਰੀਆਂ ਚੀਜ਼ਾਂ ਨੇ, ਫਿਰ ਉਹੀ ਗੱਲ ਹੋ ਗਈ ਕਿ ਤੁਸੀਂ ਦੱਸ ਨਹੀਂ ਸਕਦੇ। ਐਨੀਵੇਸ, really it's good to talk to somebody who's got at least a thought of his own, an opinion which he can speak publicly. Bahut sare log ka bade diplomatic ho jande hain when they have to reply. Not bahut sare, I think everybody, kyunki aaj kal chalda hi ehe ko ja na, jehda chalda hi ehe ko ja, tusi thonni vi sit ke apna kam kari jao. ਇੱਕ ਪਿੱਛੇ ਜੀ ਇੱਕ ਗਾਣਾ ਆਇਆ ਸੀਗਾ ਬੱਬਲ ਰਾਏ ਬਾਈ ਦਾ, ਇੱਕ ਗਾਣਾ ਸੀਗਾ ਉਹ, ਉਹਦੇ ਚ ਬਹੁਤ ਕੁਝ ਮੈਨੂੰ ਹੁਣ ਐਗਜੈਕਟਲੀ ਯਾਦ ਨਹੀਂ ਗਾ, ਉਹਨੇ ਏਦਾਂ ਦੀ ਕੁਝ ਗੱਲ ਕੀਤੀ ਸੀ ਕਿ ਸਾਡੀ ਜਿਹੜੀ ਨਵੀਂ ਜਨਰੇਸ਼ਨ ਹੈ, ਸਾਰਿਆਂ ਦੇ ਹੱਥਾਂ ਦੇ ਵਿੱਚ ਆਈਫੋਨ ਹੈ, ਸਾਰਿਆਂ ਦੀ ਧੌਣ ਝੁਕੀ ਰਹਿੰਦੀ ਹੈ, ਵੀ ਉਹ ਤੁਸੀਂ ਕੁਝ ਵੀ ਕਰਦੇ ਰਹੋ ਉਹਨਾਂ ਨੂੰ ਕੱਖ ਦੇਖਦਾ ਨਹੀਂ, ਸੋ ਦੇ ਡੋਨਟ ਸਪੀਕ, ਦੇ ਡੋਨਟ ਸੀ ਵਾਟਸ ਹੈਪਨਿੰਗ ਅਰਾਊਂਡ, ਰਾਈਟ? ਸੋ ਇਹ ਸਾਰਾ ਕੁਝ ਕ੍ਰੀਏਟ ਕੀਤਾ ਹੋਇਆ। ਜਿੰਨਾ ਚਿਰ ਮੈਂ ਇੱਥੇ ਵੀ ਗੱਲ ਕਰਦਾ ਹੁੰਦਾ ਕਿ ਯਾਰ ਜਿੰਨਾ ਚਿਰ ਆਪਾਂ ਕਿਸੇ ਗੱਲ ਕੋਈ ਵੀ ਹੋ ਰਹੀ ਆ ਉਹਦੇ ਬਾਰੇ ਆਵਾਜ਼ ਨਹੀਂ ਚੱਕਾਂਗੇ, ਕਿਵੇਂ ਪਤਾ ਲੱਗੂਗਾ ਕਿਸੇ ਨੂੰ ਯਾਰ? ਤੁਸੀਂ ਆਪਾਂ ਇਕੱਠੇ ਹੋ ਕੇ ਕਿਉਂ ਨਹੀਂ ਗੱਲ ਕਰਦੇ ਕਿਸੇ ਗਲਤ ਚੀਜ਼ ਦੇ ਖਿਲਾਫ? ਬਹੁਤ ਸਾਰੀਆਂ ਚੀਜ਼ਾਂ ਨੇ, ਬਹੁਤ ਸਾਰੀਆਂ। ਆ ਜਾਓ। So, ਹੋਰ ਕਿਵੇਂ ਹਾਲ ਚਾਲ ਹੈ ਤੁਹਾਡਾ, ਕਿਵੇਂ ਕੱਟ ਰਿਹਾ ਲੌਕਡਾਊਨ? ਥੈਂਕ ਯੂ ਵੈਰੀ ਮਚ, ਵੈਰੀ ਵੈਲ, ਵੈਰੀ ਵੈਲ। ਅਸੀਂ ਤਾਂ ਆਈ ਐਮ ਸਰਵਿੰਗ ਮਾਈ ਫੈਮਿਲੀ ਐਂਡ ਵੀ ਵਰਕਿੰਗ ਫਰਮ ਹੋਮ। ਓਕੇ, ਵਰਕ ਫਰਮ ਹੋਮ, ਯਾ ਯਾ, ਐਟ ਲੀਸਟ ਯੂ ਕੈਨ ਡੂ, ਬਟ ਵੀ ਕਾਂਟ। ਆਈ ਕੈਨ ਡੂ ਕਪਲ ਆਫ ਥਿੰਗਸ, ਬਟ ਜਦੋਂ ਤੁਸੀਂ ਨਹੀਂ ਪਾਏਗੇ ਘਰੇ, ਘਰ ਦਾ ਕੰਮ ਨਹੀਂ ਕਰਦੇ? ਨਹੀਂ, ਮੈਂ ਕਰਦਾ ਥੋੜਾ ਬਹੁਤ। ਆਈ ਲਾਈਕ ਟੂ ਡੂ ਸੱਚ ਥਿੰਗਸ, ਆਈ ਲਾਈਕ ਟੂ, ਹੁਣ ਮੇਰੇ ਖਿਆਲ ਸਾਡਾ ਕਣਕਾਂ ਦਾ ਕੰਮ ਸ਼ੁਰੂ ਹੋਣ ਵਾਲਾ, ਸੋ ਮੈਂ ਆਈ ਲਵ ਟੂ ਡੂ ਐਵਰੀਥਿੰਗ। ਯੂ ਡੂ ਖੇਤੀ? ਆਈ ਡੈਫੀਨਿਟਲੀ ਆਈ ਡੂ ਇਟ, ਆਈ ਡਸ ਐਵਰੀਥਿੰਗ। ਮੈਨੂੰ ਪਹਿਲਾਂ ਮੈਨੂੰ ਬਹੁਤ ਭੱਜਣਾ ਪਸੰਦ ਸੀਗਾ, ਭੱਜਣਾ ਖੇਤੀ ਤੋਂ ਭੱਜਣਾ ਪਸੰਦ ਸੀਗਾ। ਵੈਨ ਆਈ ਸਟਾਰਟਡ ਵਰਕਿੰਗ, ਆਈ ਵਾਂਟ ਟੂ ਗੈਟ ਇਨਟੂ ਮਾਡਲਿੰਗ, ਜਦੋਂ ਜਵਾਨੀ ਵਾਲਾ ਜ਼ੋਰ ਸੀ ਵਜਾਲ। So when I was 15, 16, right? Haan ji? Kede gaane sunde ho jadon kheti karde ho? Chak mein gaane. Chak mein gaane. Swaad aunda chak mein gaane sunke, na? Basically, mainu meaningful cheezaan sunniyan jyada pasand ne. Main Jagjit Singh ji da bahut vadda fan haan. Mainu unhan diyan ghazlaan sab to jyada prabhavit kardiyan ne. ਮੈਨੂੰ ਰਿਐਲਿਟੀ ਦੇ ਨੇੜੇ ਰਹਿਣਾ, ਉਵੇਂ ਦੀਆਂ ਚੀਜ਼ਾਂ ਸੁਣਨੀਆਂ ਪਸੰਦ ਨੇ, ਹਨਾ।
Nahin, Diljit Singh ji diyan gazlan di gal kar rahe hain, main jehdi reality si ki chakme gaane tusi kya hai jadon kheti tusi karde ho, ude, traffic kede gaane sunde, so we'll sing up, sindu moosewala, sindu moosewala, so I think, you know, in some time in 23 seconds, 22 seconds, Vikram, so we'll have to wind up the interview. Yeah, here, and, all right, let's connect some other time also. I really had fun talking to you today. It was quite a treat for me to talk to you today, and we'll connect again, Vikram. Definitely, definitely. Thank you, Gurdeep. Nice talking to you. Thanks, Vikram. Thank you very much.